ਲੋਕਾਂ ਨੂੰ ਦਸੀਏ ਸਿੱਖੀ ਵਿਚਾਰ ਜੇ ਸਾਡੇ ਅੱਜ ਬੱਚੇ 크ਿਸਚਨ ਬਣ ਰਹੇ ਆ ਜੇ ਸਾਡੇ ਪਰਿਵਾਰਾਂ ਦੇ ਪਰਿਵਾਰ ਦੂਜੇ ਬਣੇ ਜਾ ਰਹੇ ਆ ਤੇ ਸਾਡਾ ਵੀ ਫਰਜ਼ ਬਣਦਾ ਅਸੀਂ ਖਲੋਤੇ ਕਿੱਥੇ ਅਸੀਂ ਸਿੱਖੀ ਦੱਸੀ ਨਹੀਂ ਲੋਕਾਂ ਨੂੰ ਜੇ ਸੁਲਤਾਨਪੁਰ ਦੇ ਏਰੀਆ ਦਾ ਗਵਰਨਰ ਗੁਰੂ ਅਰਜਨ ਸਾਹਿਬ ਸੱਚੇ ਪਾਸ਼ਾ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਸੈਂਟਰ ਖਲਵਾ ਸਕਦਾ ਵਾ ਇਹਦਾ ਮਤਲਬ ਸਿੱਖੀ ਕਿੰਨੀ ਸੌਖੀ ਹੋਏਗੀ ਜਦ ਜੇ ਸਾਡਾ ਪਰਿਵਾਰ ਹੀ ਸਿੱਖੀ ਤੋਂ ਬਾਗੀ ਹੋ ਰਿਹਾ ਇਹਦਾ ਮਤਲਬ ਅਸੀਂ ਆਪਣੇ ਗੁਰੂ ਦੀ ਸਿੱਖਿਆ ਸਮਝਾਉਣ 'ਚ ਫੇਲ ਹੋ ਗਏ ਕਿਤੇ ਨਾ ਕਿਤੇ ਇਨਾਂ ਸੌਖਾ ਰਾਹ ਪਰਸ਼ਾ ਦੀ ਬਾਣੀ ਦਾ ਘਰਾਂ 'ਚ ਸਤਗੁਰ ਦੀ ਬਾਣੀ ਪੜ੍ਹੀ ਜਾਂਦੀ ਸੀ ਵਿਚਾਰੀ ਜਾਂਦੀ ਸੀ ਗਾਈ ਜਾਂਦੀ ਸੀ ਅੱਜ ਮਾਨਸਿਕ ਤੌਰ ਤੇ ਤਣਾਅ ਚਾ ਦੁਨੀਆ ਦੁਖੀ ਆ ਜੀਉ ਤਪ ਤਪ ਹੈ ਬਾਰੋ-ਬਾਰ ਤਪ ਤਪ ਖਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਲਾਈ ਅੱਜ ਹਾਈ ਹਾਈ ਦੁਨੀਆ ਕਰ ਰਹੀ ਐ ਸਾ ਜੇ ਸਾਡੀ ਪੀੜੀ ਪੁਰਾਣੀ ਬਜ਼ੁਰਗ ਜਿਹੜੇ ਆ ਅ ਜਿਹੜੇ ਬੈਠੇ ਬਜ਼ੁਰਗ ਇਹਨਾਂ ਨੇ ਵੀ ਬਹੁਤ ਕੁਝ ਵੇਖਿਆ ਆਪਣੀ ਜ਼ਿੰਦਗੀ 'ਚ ਉਹ ਵੀ ਸੋਚਦੇ ਹੋਣੇ ਆ ਕਦੀ ਅਸੀਂ ਕੱਚਿਆਂ ਘਰਾਂ ਦੇ ਵਿੱਚ ਵੀ ਫੇਰ ਵੀ ਸੌਖੇ ਸੀ ਅੱਜ ਕੋਠੀਆਂ ਵੱਡੀਆਂ-ਵੱਡੀਆਂ ਪੈ ਗਈਆਂ ਲੜਾਈਆਂ ਕਲੇਸ਼ ਕਦੀ ਨੋਟ ਕਰਿਓ ਜਿੱਥੇ ਅਸੀਂ ਐਜੂਕੇਸ਼ਨ ਦੇ ਨਾਲ ਤਰੱਕੀ ਕੀਤੀ ਉਹ ਜੋ ਕੁਝ ਚੀਜ਼ਾਂ ਸਾਡੇ ਕੋਲ ਗਵਾਚੀਆਂ ਵੀ ਆ ਪੁਰਾਣੇ ਆ ਬਜ਼ੁਰਗਾਂ ਦੇ ਪੰਜ-ਪੰਜ 6-6 ਪੁੱਤਰ ਇੱਕੇ ਘਰ 'ਚ ਰਹਿ ਜਾਂਦੇ ਸੀ ਇੱਕ ਦੂਰੇ ਕੱਪੜੇ ਪਾ ਲੈਂਦੇ ਸੀ ਪੰਜ ਪੰਜ ਚਾਰ ਚਾਰ ਦਰਾਨੀਆਂ ਜਠਾਨੀਆਂ ਇੱਕੇ ਮਕਾਨ ਦੀ ਸ਼ੱਤ ਤੇਰੇ ਬੱਚੇ ਪੜ ਗਿਆਂ ਅੱਜ ਕੱਲੇ ਪੁੱਤ ਦਾ ਵੀ ਮਾਂ ਬਾਪ ਦੇ ਨਾਲ ਰਹਿਣਾ ਮੁਸ਼ਕਲ ਹੋ ਗਿਆ ਅਸੀਂ ਕਹਿੰਨੇ ਆ ਸਮਾਜਿਕ ਤਰੱਕੀ ਸੁਹਾ ਕੀਤੀ ਅਸੀਂ ਇਹਨੂੰ ਤਰੱਕੀ ਕਹਿੰਦੇ ਆ ਜਿੱਥੇ ਅੱਜ ਮਾਂ ਬਾਪ ਤੋਂ ਡਰ ਆਉਣ ਲੱਗ ਪਿਆ ਬੱਚਿਆਂ ਨੂੰ ਵੀ ਸਾਡੀ ਪ੍ਰਾਈਵੇਸੀ ਸਾਡਾ ਮਾਪੇ ਸਾਡੀ ਪ੍ਰਾਈਵੇਸੀ ਵਿੱਚ ਆਣ ਕੇ ਰੁਕਾਵਟ ਖੜੀ ਕਰਦਾ ਹੈ ਪੁਰਾਣੇ ਬਜ਼ੁਰਗ ਜਿਹੜੇ ਜਿਉਂਦੇ ਉਹਨਾਂ ਕਹਿੰਦੇ ਉਹ ਅਸੀਂ ਤੇ ਤਿੰਨ ਤਿੰਨ ਚਾਰ ਚਾਰ ਬੱਚਿਆਂ ਦੇ ਵਿੱਚੇ ਤੁਰੇ ਫਿਰਦੇ ਸੀ ਸਾਡੇ ਬੱਚਿਆਂ ਦੇ ਕਦੀ ਇਹ ਸ਼ਬਦ ਪ੍ਰਾਈਵੇਸੀ ਵਾਲਾ ਵਰਤਿਆ ਹੀ ਨਹੀਂ ਸੀ ਕਦੀ ਸੋਚ ਕੇ ਵੇਖਿਓ ਅਸੀਂ ਸਮਾਜ ਖਲੋਤਾ ਕਿਤੇ ਹੈ ਜਦੋਂ ਕਿਤੇ ਮਾੜਾ ਜਾਂ ਮੱਥਾ ਠਣਕੇ ਨਾ ਵੀ ਅੱਜ ਅਸੀਂ ਦੁਖੀ ਇੱਕ ਵਾਰੀ ਬਿਰਦਾ ਆਸ਼ਰਮਾਂ ਦਾ ਚੱਕਰ ਲਾ ਕੇ ਵੇਖਿਓ 85% ਤੁਹਾਨੂੰ ਬਜ਼ੁਰਗ ਮਿਲਣੇ ਆ ਬਿਰਦਾ ਆਸ਼ਰਮਾਂ ਜਿਨ੍ਹਾਂ ਦੇ ਦੋ ਦੋ ਇੱਕ ਇੱਕ ਜਵਾਕ ਜਿਨ੍ਹਾਂ ਦੇ ਘਰ ਔਲਾਦ ਹੈਗੀ ਆ ਨਹੀਂ ਸਮਝਦੇ ਅਗਲੇ ਜੇ ਕੋ ਮਾਰੀ ਮੋਟੀ ਪੈਨਸ਼ਨ ਲੈਂਦਾ ਬਾਪੂ ਉਹਨੂੰ ਤੇ ਰੋਟੀ ਪਾਣੀ ਪੁੱਛ ਲੈਂਦੇ ਆ ਵੀ ਪਤਾ ਵੀ 15000 20000 25000 ਮਹੀਨੇ ਦਾ ਆਉਂਦਾ ਜੇ ਕਿ ਜੀ ਪੈਨਸ਼ਨ ਨਹੀਂ ਆਉਂਦੀ ਤੇ ਉਹ ਤੇ ਵਿਚਾਰਾ ਮਗਰ ਮਗਰ ਤੁਰਿਆ ਫਿਰਦਾ ਵੀ ਕੋਈ 2-4 ਰੁਪਏ ਮੈਨੂੰ ਦੇ ਦਿਆ ਕਰੋ ਮੱਥਾ ਟੇਕਣ ਲਈ ਦੇ ਦਿਆ ਕਰੋ ਗੁੱਸਾ ਨਾ ਮਨਾਇਓ ਪਿਆਰਿਓ ਇਹ ਸਮਾਜ ਦੇ ਹਾਲਾਤ ਦੱਸਣ ਲੱਗਾ ਹਾਲਾਤ ਕਿੱਥੇ ਬੈਠੇ ਨੇ ਸਾਡੇ ਸਮਾਜ ਦੇ ਆ ਤੇ ਭਲਾ ਕਰੋ ਵਿਦੇਸ਼ਾਂ ਵਿੱਚ ਜਿਹੜੇ ਸੀਨੀਅਰ ਸਿਟੀਜ਼ਨ ਬਜ਼ੁਰਗ ਹੋਆ ਉਹਨਾਂ ਨੂੰ ਸਰਕਾਰਾਂ ਉਥੋਂ ਪੈਨਸ਼ਨ ਦਿੰਦੀਆਂ ਵਾ ਹਫਤੇ ਦੀ ਪਤਾ ਬਾਵੇਂ ਐਨੇ ਉਹਨਾਂ ਨੂੰ ਡਾਲਰ ਮਿਲਣੇ ਆ ਜਿਗਰ ਤੇ ਅੱਜ ਸਰਕਾਰਾਂ ਬੰਦ ਕਰ ਦੇਣ ਨਾ ਵੀ ਬੱਚੇ ਆਪਣੇ ਬਜ਼ੁਰਗਾਂ ਦੀ ਆਪ ਸੇਵਾ ਸੰਭਾਲ ਕਰਨ ਤੇ ਮੈਂ ਕਈ ਵਾਰੀ ਚੀਜ਼ਾਂ ਬੋਲਿਆ ਵੀ 5-7 ਸਾਲ ਨਾਲ ਲਗਾਤਾਰ ਬਜ਼ੁਰਗਾਂ ਦੇ ਜਹਾਜ਼ ਹੀ ਪਰੇ ਹੋਣੇ ਉਧਰੋਂ ਜੇ ਅੱਜ ਸਰਕਾਰਾਂ ਬੰਦ ਕਰ ਦੇਣ ਤੇ ਬਹਾਨੇ ਨਾ ਕਹਿ ਦੇਣਾ ਉਹਨਾਂ ਨੇ ਵੀ ਬਾਪੂ ਜੀ ਇੰਡੀਆ ਚਲੀ ਇੱਕ ਕੋਠੀ ਖਾਲੀ ਪਈ ਆ ਮੁੜ ਕੇ ਇੱਥੋਂ ਛੱਡ ਜਾਣਾ ਮੁੜ ਕੇ ਲੈ ਕੇ ਨਹੀਂ ਜਾਣਾ ਉਹ ਤੇ ਸ਼ੁਕਰ ਕਰੋ ਵੀ ਬਜ਼ੁਰਗਾਂ ਨੂੰ ਪੈਨਸ਼ਨਾਂ ਮਿਲਦੀਆਂ ਪਾਵੇਂ ਅਮਰੀਕਾ ਤੇ ਪਾਵੇਂ ਕੈਨੇਡਾ ਕਿਸੇ ਵੀ ਕੰਟਰੀ ਵਿੱਚ ਉਹ ਜਿਹੜੇ ਸੀਨੀਅਰ ਹੋ ਜਾਂਦੇ ਆ ਉਹਨਾਂ ਨੂੰ ਉੱਥੇ ਪੈਨਸ਼ਨ ਮਿਲਦੀ ਆ ਪਰ ਕੀ ਅਸੀਂ ਆਪਣੇ ਬਜ਼ੁਰਗਾਂ ਦੀ ਸੇਵਾ ਤਾਂ ਕਰਨੀ ਆ ਵੀ ਉਹ ਸਾਨੂੰ ਕਮਾ ਕੇ ਦੇਣ ਦੋ ਮਿੰਟ ਸੋਚਿਓ ਜੀ ਮਤਲਬ ਮੰਨ ਲਓ ਜੇ ਕੋ ਫੌਜ ਚ ਆਏ ਜੇ ਕੋ ਪੁਲਿਸ ਚ ਆਏ ਜੇ ਕੋ ਡਾਕਟਰ ਆ ਜੇ ਕੋ ਟੀਚਰ ਆ ਉਹਨੂੰ ਤਾਂ ਪੈਨਸ਼ਨ ਹੁਣ ਖੇਤੀਬਾੜੀ ਕਰਨ ਵਾਲੇ ਨੂੰ ਕਿਹੜੀ ਪੈਨਸ਼ਨ ਆਉਣੀ ਆ ਜੀ ਜਿਹਨੇ ਆਪਣੇ ਵਿਚਾਰੇ ਨੇ ਅੱਡੀਆਂ ਪੜਵਾ ਲਈਆਂ ਬੱਚੇ ਪੜਾਉਂਦਿਆਂ ਜਿਹਦੇ ਹੱਥਾਂ ਦੀਆਂ ਜਿਹੜੇ ਜਿਹਦੇ ਹੱਥ ਪਾਟੇ ਪੈ ਪੈਰ 파ਟੇ ਪੈ ਜਿਹਨੇ ਕਦੀ ਆਪਣਾ ਚਾਹੀਦੀ ਬਣਾਣ ਤੱਕ ਵੀ ਨਾ ਆਪਣੇ ਵਾਸਤੇ ਖਰੀਦੀ ਤੇ ਕੱਲੋਂ ਬੱਚੇ ਕਹਿਣ ਹੋਣ ਵੀ ਤੁਸੀਂ ਸਾਡੇ ਲਈ ਕੀਤਾ ਕੀ ਹੈ ਅਹੀਂ ਤੁਹਾਨੂੰ ਕਿਉਂ ਪੁੱਛੀਏ ਸਵਾਰਥ ਲਾਲਚ ਨੇ ਦੁਨੀਆ ਤਬਾਹ ਕਰ ਛੱਡੀ ਹੈ ਜਿਨ੍ਹਾਂ ਘਰਾਂ ਵਿੱਚ ਮਾੜੀ ਮੋੜ ਸਤਗੁਰ ਦੀ ਬਾਣੀ ਹੈ ਪੈ ਭਾਵਨੀ ਹੈ ਲੋਕ ਈਰਖਾ ਜੈਲਸੀ ਤੋਂ ਉੱਪਰ ਉੱਠੇ ਨੇ ਉਹ ਸਮਾਜ ਤਰੱਕੀ ਕਰਦਾ ਸਾਧ ਸੰਗਤ ਜੀ ਤੇ ਆਪਣੇ ਮੈਂ ਤੇ ਬੇਨਤੀ ਕਰਦਾ ਹੁਣਾਂ ਜਿਨ੍ਹਾਂ ਕਰਾਂ ਸਿਰੇ ਉੱਠ ਕੇ ਬੱਚੇ ਆਪਣੇ ਬਜ਼ੁਰਗਾਂ ਨੂੰ ਪਿਆਰ ਨਾਲ ਪੁੱਛਦੇ ਆ ਬਾਪੂ ਜੀ ਕੀ ਗੱਲ ਹੈ ਅੱਜ ਲੇਟ ਉੱਠੇ ਹੋ ਮਾਤਾ ਜੀ ਕੀ ਗੱਲ ਹੈ ਅੱਜ ਲੇਟ ਉੱਠੇ ਹੋ ਤੇ ਬਜ਼ੁਰਗ ਕਵੇ ਪੁੱਤ ਮੈਂ ਥੋੜਾ ਠੀਕ ਨਹੀਂ ਆ ਮਾਤਾ ਜੀ ਕਹਿਣ ਮੈਂ ਪੁੱਤ ਥੋੜਾ ਠੀਕ ਨਹੀਂ ਆ ਬਹਿ ਆਪਣੀ ਮਾਂ ਦੇ ਮੰਜੇ ਤੇ ਬਹਿ ਆਪਣੇ ਬਾਪੂ ਦੇ ਮੰਜੇ ਤੇ ਦੋ ਗੱਲਾਂ ਕਰ ਹੋ ਸਕਦਾ ਤੁਹਾਡੀਆਂ ਦੋ ਗੱਲਾਂ ਨਾਲ ਹੀ ਬਜ਼ੁਰਗ ਠੀਕ ਹੋ ਜਾਏ ਉਹਨਾਂ ਨੂੰ ਕਿਸੇ ਦਵਾਈ ਦੀ ਲੋੜ ਬੋਲੋ ਜੀ ਪਵੇ ਨਾ ਪਰ ਸਾਡਾ ਸਮਾਜ ਕਿੱਥੇ ਖਲੋਤਾ ਹੈ ਅਸੀਂ ਸਕੂਨ ਲੱਭਦੇ ਫਿਰਦੇ ਹਾਂ ਸ਼ਾਂਤੀ ਲੱਭਦੇ ਫਿਰਦੇ ਹਾਂ ਕਿਤੇ ਪੱਥਰਾਂ ਚੋਂ ਸਤਿਗੁਰੂ ਜੀ ਕਹਿੰਦੇ ਸੁੱਖ ਸ਼ਾਂਤੀ ਤੇਰੇ ਆਪਣੇ ਕੋਲ ਹੈ ਪਿਆਰਿਆ ਸਤਿਗੁਰੂ ਦੀ ਬਾਣੀ ਨੂੰ ਸਮਝੋ ਵਿਚਾਰੋ ਆਪਣੀ ਜ਼ਿੰਦਗੀ ਵਿੱਚ ਸੁੱਖ ਮਨਣਾ ਚਾਹੁੰਦੇ ਹੋ ਤੇ ਚੰਗੇ ਕੰਮ ਕਰਨ ਦੀ ਆਤ ਪਾਓ ਤਾਂ ਕਿ ਜ਼ਿੰਦਗੀ ਖੂਬਸੂਰਤ ਬਣ ਸਕੇ ਇੱਕ ਬੇਨਤੀ ਹੋਰ ਕਰ ਆਪਾਂ ਗੱਲ ਦਾਤੇ ਦੀ ਕਰ ਰਹੇ ਸੀ ਸਤਕਾਰਯੋਗ ਭਾਈ ਗੁਰਦਾਸ ਜੀ ਕਹਿੰਦੇ ਨੇ ਦਾਤੇ ਵੀ ਉਸ ਕੋਲੋਂ ਮੰਗਣ ਜਾਇਓ ਜਿਹੜੇ ਦਾਤੇ ਕੋਲ ਮੰਗਣ ਤੋਂ ਬਾਅਦ ਤੁਹਾਨੂੰ ਮੁੜ ਕੇ ਕਿਸੇ ਹੋਰ ਦਾਤੇ ਕੋਲ ਜਾਣ ਦੀ ਲੋੜ ਪਵੇ ਨਾ ਦਾਤਾ ਉਹ ਨਾ ਮੰਗੀ ਐ ਫਿਰ ਮੰਗਣ ਜਾਈਏ ਹੁਣ ਮੰਨ ਲਓ ਤੁਸੀਂ ਕਿਸੇ ਸਟੋਰ ਤੇ ਸਮਾਨ ਲੈਣ ਜਾਂਦੇ ਹੋ ਤੁਹਾਡੇ ਘਰ ਦੇ ਨੇ ਤੁਹਾਨੂੰ ਸਮਾਨ ਲਿਖ ਕੇ ਦੇ ਦਿੱਤਾ ਵੀ ਆਹ ਸਮਾਨ ਲੈ ਕੇ ਆਇਓ ਤੁਸੀਂ ਕਿਸੇ ਸਟੋਰ ਵਾਲੇ ਨੂੰ ਜਾ ਕੇ ਪਰਚੀ ਫੜਾਤੀ ਉਹਨੇ ਤੁਹਾਨੂੰ ਸਾਰਾ ਸਮਾਨ ਦਿੱਤਾ ਉਹਨੇ ਕਿਹਾ ਇੱਕ ਦੋ ਚੀਜ਼ਾਂ ਹੈ ਨਹੀਂ ਮੇਰੇ ਕੋਲ ਪਰ ਤੁਹਾਨੂੰ ਚਾਹੀਦੀ ਆ ਤੁਸੀਂ ਕੀ ਕਰੋਗੇ ਫਿਰ ਤੁਸੀਂ ਕਿਸੇ ਹੋਰ ਦੁਕਾਨ ਤੇ ਜਾਓਗੇ ਤੁਹਾਨੂੰ ਦੁਕਾਨ ਤੇ ਜਾਣ ਦੀ ਲੋੜ ਕਿਉਂ ਪਈ ਦੂਜੀ ਤੇ ਕਿਉਂਕਿ ਤੁਹਾਨੂੰ ਉਸ ਦੁਕਾਨ ਤੋਂ ਸਾਰਾ ਸਮਾਨ ਬੋਲੋ ਜੀ ਨਹੀਂ ਮਿਲਿਆ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਕਿਸੇ ਹੋਰ ਜਾ ਕੇ ਮਠੀ ਤੇ ਕਬਰ ਤੇ ਕਿਸੇ ਬੰਦੇ ਅੱਗੇ ਇਦਾਂ ਝੋਲੀ ਅੜਦਾ ਇਹਦਾ ਮਤਲਬ ਉਹ ਮੂੰਹ ਤੇ ਨਹੀਂ ਬੋਲਦਾ ਪਰ ਕਹਿੰਦਾ ਤੇ ਇਹੀ ਆ ਨਾ ਕਿ ਉੱਥੋਂ ਮੇਰੀ ਗੱਲ ਗੱਜ ਕੇ ਬੋਲਿਓ ਜੀ ਕਿ ਉੱਥੋਂ ਮੇਰੀ ਗੱਲ ਜੇ ਇਦਾਂ ਮਾਲ ਤੇਰੇ ਕਹਿਣ ਦਾ ਭਾਵੇਂ ਐ ਵੀ ਗੁਰੂ ਨੇ ਤੇਰਾ ਘਰ ਪੂਰਾ ਨਹੀਂ ਕੀਤਾ ਜੇ ਇਕਪ ਗ੍ਰਿਸ਼ਤੀ ਹੋਣ ਦੇ ਨਾਂ ਤੇ ਗ੍ਰਿਸ਼ਤੀ ਪਰਿਵਾਰਾਂ ਚ ਜੇ ਸਾਡਾ ਬੱਚਾ ਪਿਓ ਨੂੰ ਛੱਡ ਕੇ ਮਾਂ ਨੂੰ ਛੱਡ ਕੇ ਕਿਸੇ ਦੂਜੇ ਕੋਲੋਂ ਵਸਤੂ ਮੰਗੇ ਕਿਉਂ ਸਾਧ ਸੰਗਤ ਜੀ ਮਾਂ ਬਾਪ ਨੂੰ ਚੰਗਾ ਲੱਗਦਾ ਆਪਾਂ ਗ੍ਰਿਸ਼ਤੀ ਬੈਠੇ ਆ ਸਾਡਾ ਪੁੱਤ ਧੀ ਸਾਨੂੰ ਛੱਡ ਕੇ ਕਿਸੇ ਰਿਸ਼ਤੇਦਾਰ ਨੂੰ ਆਪਣੇ ਹੁੰਦਾ ਸੀ ਨਾ ਕਿ ਕੋਈ ਰਿਸ਼ਤੇਦਾਰ ਘਰ ਆਉਣਾ ਮਾਸੀ ਨੇ ਆਉਣਾ ਭੂਆ ਨੇ ਆਉਣਾ ਫੁੱਫੜ ਨੇ ਆਉਣਾ ਕਈ ਵਾਰੀ ਜਵਾਕਾਂ ਨੂੰ ਆਤ ਹੁੰਦੀ ਸੀ ਭੂਆ ਘਰ ਆਣੀ ਉਹ ਪਤਾ ਹੁੰਦਾ ਸੀ ਕਿ ਭੂਆ ਦੇ ਕੋਲ ਹੀ ਅਸੀਂ ਖੇਡਦੇ ਵੱਡੇ ਹੋਏ ਆ ਭੂਆ ਨੇ ਘਰ ਆਉਣਾ ਤੇ ਕਹਣਾ ਭੂਆ 5 ਰੁਪਏ ਦੇ ਦੇ ਕੁਲਫੀ ਖਾਣੀ ਆ ਫੁੱਫੜ ਕੋਲੋਂ ਮੰਗ ਲੈਣੇ ਮਾਸ ਤੇ ਹੁਣ ਹਾਲੀਵੁੱਡੀ ਇਹ ਬੱਚੇ ਚੀਜ਼ਾਂ ਛੱਡ ਗਏ ਆ ਘਰਾਂ ਦੇ ਵਿੱਚ ਸਿੱਖਿਆ ਆ ਗਈ ਤੇ ਜੇ ਕਿਤੇ ਬੱਚੇ ਨੇ ਘਰ ਆਏ ਗੈਸਟ ਕੋਲੋਂ ਪੈਸੇ ਮੰਗਣੇ ਨਾ ਤੇ ਨਾਲ ਹੀ ਬਾਪ ਨੇ ਡਾਂਟ ਦੇਣਾ ਪੋਤੇ ਕੰਮ ਨਹੀਂ ਕਰਨਾ ਘਰ ਆਏ ਮਹਿਮਾਨ ਕੋਲੋਂ ਪੈਸੇ ਨਹੀਂ ਮੰਗੀਦੇ ਕਿਸੇ ਕੋਲੋਂ ਵਸਤੂ ਨਹੀਂ ਮੰਗਣੀ ਪੁੱਤ ਸਭ ਕੁਝ ਤੈਨੂੰ ਮੈਂ ਲੈ ਕੇ ਦਵਾਂ ਜੇ ਇੱਕ ਦੁਨਿਆਵੀ ਤੌਰ ਤੇ ਇੱਕ ਬੱਚਾ ਆਪਣੇ ਮਾਂ ਬਾਪ ਤੋਂ ਬਿਨਾਂ ਦੂਜੇ ਕੋਲੋਂ ਵਸਤੂ ਮੰਗਦਾ ਹੈ ਤੇ ਮਾਂ ਬਾਪ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਹੋਈ ਏ ਸੀ ਕਲਗੀਧਰ ਪਾਤਸ਼ਾਹ ਦੇ ਪੁੱਤ ਹੋਈ ਏ ਸੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਤੇ ਝੋਲੀ ਢਿੱਗੇ ਜਾ ਕੇ ਬੰਦਿਆਂ ਦੇ ਅਗੇ ਤਾਂ ਵੀ ਬਾਬਾ ਜੀ ਕਿਰਪਾ ਕਰਦੇ ਹੋ ਕਈ ਤਾਂ ਇਦਾਂ ਦੇ ਪਰਿਵਾਰ ਵੇਖੇ ਜਿਹੜੇ ਕਹਿੰਦੇ ਸਾਡੀਆਂ ਮੱਝਾਂ ਦੁੱਧ ਵੀ ਬਾਬਾ ਜੀ ਦੀ ਕਿਰਪਾ ਨਾਲ ਦਿੰਦੀਆਂ ਸਾਡੇ ਖੇਤਾਂ 'ਚ ਫਸਲ ਵੀ ਬਾਬਾ ਜੀ ਦੀ ਕਿਰਪਾ ਨਾਲ ਹੁੰਦੀ ਆ ਲਓ ਸਾਡੀਆਂ ਗੱਡੀਆਂ ਵੀ ਬਾਬਾ ਜੀ ਦੀ ਕਿਰਪਾ ਨਾਲ ਚੱਲਦੀਆਂ ਸਾਡੇ ਪੁੱਤ ਵੀ ਬਾਬਾ ਜੀ ਦੀ ਕਿਰਪਾ ਨਾਲ ਬਾਹਰ ਗਿਆ ਮਤਲਬ ਜਾਣੀ ਕਿ ਫੇਸਾ ਆ ਕੇ ਜੀ ਕਿਰਪਾ ਨਾਲ ਆਉਂਦਾ ਭਲਾ ਇਹ ਵੀ ਕਹ ਦੋ ਵਸ ਨਹੀਂ ਚੱਲਦਾ ਵੀ ਕਹਦਣ ਬਾਬਾ ਜੀ ਦੀ ਕਿਰਪਾ ਨਾਲ ਆਉਂਦਾ ਬਾਬੇ ਨੂੰ ਆਪ ਕਹੇ ਹੋਰ ਦੀ ਕਿਰਪਾ ਨਾਲ ਸਾਹ ਆਉਂਦਾ ਸਤਗੁਰ ਦੀ ਬਾਣੀ ਪੜੋ ਪਿਆਰਿਓ ਗੁਰਦੇਵ ਜੀ ਕਹਿੰਦੇ ਨੇ ਉਹ ਸਭ ਕੁਝ ਦਾਤਾ ਦੇਣ ਵਾਲਾ ਕਿਹੜਾ ਰਮਈਆ ਕੇ ਗੁਣ ਚੇਤ ਪ੍ਰਾਨੀ ਕਮਨ ਮੂਲ ਤੇ ਕਮਨ ਤ੍ਰਿਸ਼ਟਾਨੀ ਜੇਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭਾਗਨ ਮੈਂ ਹੁਣ ਵੇਲੋ ਮੈਂ ਬਾਣੀ ਪੜ ਰਿਹਾ ਤੁਸੀਂ ਨਾਲ-ਨਾਲ ਪੜੋ ਜੀ ਗਰਭਾਗਨ ਮੈਂ ਬਾਰ ਵਿਵਸਤਾ ਜਦੋਂ ਤੂੰ ਬੱਚਾ ਸੀ ਤੇਰੇ ਵਾਸਤੇ ਦੁੱਧ ਪੈਦਾ ਕੀਤਾ ਉਹਦਾ ਧੰਨਵਾਦ ਕਰਿਆ ਕਰ ਵੇਖੋ ਮਾਲਕ ਨੂੰ ਕਿੰਨਾ ਫਿਕਰ ਸੀ ਬਾਹਰ ਵਿਵਸਤਾ ਤੁਜੇ ਪਿਆਰੇ ਦੁੱਧ ਫੇ ਤੂੰ ਵੱਡਾ ਹੋਇਆ ਪਰ ਜੋਬਨ ਭੋਜਨ ਸੁਖ ਸੂਦ ਤੇਰੇ ਆਤੇ ਭੋਜਨ ਕਿੰਨਿਆ ਸੁਖ ਸੁਲਤਾ ਬਿਰਦ ਪਿਆ ਤੂੰ ਬਜ਼ੁਰਗ ਹੋ ਗਿਆ ਉਪਰ ਸਾਗ ਸੈਨ ਪੋਤਰੇ ਬੈਠਿਆ ਤੇਰੇ ਕੋਲ ਪੋਤਰੀਆਂ ਬੈਠੀਆਂ ਵਾ ਦੋਤੇ ਦੋਤੀਆਂ ਬੈਠੀਆਂ ਵਾ ਨੋਆ ਬੈਠੀਆਂ ਧੀਆਂ ਬੈਠੀਆਂ ਪੁੱਛਦਿਆਂ ਕੇ ਮਾਤਾ ਜੀ ਬਾਪੂ ਜੀ ਖਿਜੜੀ ਖਾਓਗੇ ਤੇ ਤੇਰੇ ਹੱਥ ਜੋੜ ਜਾਣੇ ਚਾਹੀਦੇ ਦਾਤਾ ਤੇਰਾ ਧੰਨਵਾਦ ਕਿਦਾਂ ਕਰਾਂ ਮੈਂ ਤੂੰ ਫੇਰ ਵੀ ਕਹੀ ਜਾਂਦਾ ਮੈਨੂੰ ਰੱਬ ਨੇ ਕੀ ਦਿੱਤਾ ਜੀ ਕਈ ਬੰਦੇ ਤੁਹਾਨੂੰ ਜ਼ਿੰਦਗੀ 'ਚ ਇਦਾਂ ਦੇ ਮਿਲਣਗੇ ਕਲਗੀਧਰ ਪਾਤਸ਼ਾਹ ਜੀਵਨ ਪੜ ਕੇ ਵੇਖੋ ਕੁਰਬਾਨੀਆਂ ਭਰਿਆ ਜੀਵਨ ਪਾਤਸ਼ਾਹ ਨੇ ਜ਼ਿੰਦਗੀ 'ਚ ਜਿੰਨੀਆਂ ਮੁਸ਼ਕਲਾਂ ਆਈਆਂ ਪਾਤਸ਼ਾਹ ਨੇ ਤਾਂ ਵੀ ਉਲਾਮਾ ਨਹੀਂ ਦਿੱਤਾ ਅੱਜ ਬੰਦਾ ਖਾਂਦਿਆਂ ਪੀਂਦਿਆਂ ਸੁੱਖ ਸਹੂਲਤਾਂ ਭੋਗਦਿਆਂ ਵੀ ਮਨੋਖੁਲਾਮੇ ਦੇ ਜਾਂਦਾ ਆਪਣੀ ਜ਼ਿੰਦਗੀ ਵਿੱਚ ਤੋ ਇਸ ਕਰਕੇ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਦਾਤਾ ਉਹ ਨਾ ਮੰਗੀਐ ਉਸ ਦਾਤੇ ਦੇ ਕੋਲ ਮੰਗਣ ਨਾ ਜਾਈਏ ਫਿਰ ਮੰਗਣ ਜਾਈਏ ਫਿਰ ਤੁਹਾਨੂੰ ਕਿਸੇ ਹੋਰ ਕੋਲ ਜਾ ਕੇ ਮੰਗਣ ਦੀ ਲੋੜ ਪਵੇ ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਏ ਦੂਜਾ ਬਚਨ ਕੀਤਾ ਹੋਸ਼ਾ ਸ਼ਾ ਨਾ ਕੀਚਈ ਧਿਆਨ ਨਾਲ ਸੁਣਣ ਜੀ ਹੋਸ਼ਾ ਸ਼ਾ ਨਾ ਕਈ ਵਾਰੀ ਲੋੜ ਪੈਂਦੀ ਆਪਾਂ ਕੇ ਸ਼ਾ ਕੋਲੋਂ ਪੈਸੇ ਫੜ ਲੈਨੇ ਚਲੋ ਇਹ ਸਮਾਜ ਆ ਦੁਨੀਆ ਵਿੱਚ ਚਲਦਾ ਆ ਜੀ ਪ੍ਰਾਣੇ ਸਮੇਂ ਚ ਹੁੰਦਾ ਸੀ ਨਾ ਜੜਾੜ ਸੀ ਆਣਾ ਉਹਨਾਂ ਨੂੰ ਸ਼ਾਹ ਜੀ ਕਹਿਣਾ ਜਦੋਂ ਕੋ ਚਾਰ ਪੈਸੇ ਲੈਣੇ ਕਹਿਣਾ ਹੋਰ ਸ਼ਾਹ ਜੀ ਕੀ ਹਾਲਾ ਚਲੋ ਦੁਨੀਆ ਚਲਦੀ ਆਈ ਹੈ ਬੰਦਾ ਲੈਣ ਦੇਣ ਬਣਿਆ ਸਮਾਜ ਵਿੱਚ ਇੱਕ ਜੁਗ ਪਰ ਕਈ ਸ਼ਾਹ ਹੋਸ਼ੇ ਵੜੇ ਹੁੰਦੇ ਆ ਕਈ ਸ਼ਾਹ ਐਡੇ ਵਧੀਆ ਹੋਣਗੇ ਜੇ ਤੁਹਾਨੂੰ ਦੇਤਾ ਉਹਨਾਂ ਕਦੀ ਕਹਿਣਾ ਵੀ ਨਹੀਂ ਆ ਨਾ ਉਹਨਾਂ ਕਹਿੰਦਾ ਕੋਈ ਗੱਲ ਜਦੋਂ ਹੋਏ ਨੇ ਆਪੇ ਮੁੜ ਜਾਣੇ ਤੇ ਕਈ ਸ਼ਾਹ ਇਦਾਂ ਦੇ ਹੁੰਦੇ ਆ ਵੀ ਨਾਲੇ ਦੇ ਦੇਣੇ ਨਗਲੇ ਚੌ ਬੰਦਿਆਂ ਚ ਕਹਿਣਾ ਉਦਾਂ ਨਹੀਂ ਇਹਦੇ ਕੋ ਵਿਆਹ ਹੋਣਾ ਇਹ ਮੇਰ ਕੋ ਆਇਆ ਮਲਤ ਮੰਗਣ ਮਤਲਬ ਘਰ ਰਿਸ਼ਤੇਦਾਰ ਨੂੰ ਦੱਸ ਦੇਣਾ ਵਾ ਵੀ ਜੇ ਐਡਾ ਕੀਤਾ ਇਹਨੇ ਤੇ ਇਹ ਮੇਰੀ ਕਿਰਪਾ ਨਾ ਕੀਤਾ ਤੁਸੀਂ ਵੇਖਿਆ ਨਾ ਕਈ ਵਾਰੀ ਛਾ ਹੋਛੇ ਹੁੰਦੇ ਆ ਜਾਂ ਚੌਂਕ ਜੀ ਜਾਂ ਖਲਾਰ ਕੇ ਚੌਂ ਬੰਦੇ ਸਾਹਮਣੇ ਪੁੱਛਣਾ ਕਿਸੇ ਆਏ ਗਿਆ ਦਾ ਇਤਿਹਾਜ ਰੱਖਣਾ ਹੀ ਨਹੀਂ ਹੈਗਾ ਭਾਈ ਸਾਹਿਬ ਕਹਿੰਦੇ ਹੋਸ਼ਾ ਸ਼ਾ ਨਾ ਕੀਚਈ ਧਿਆਨ ਨਾਲ ਸੁਣਿਓ ਪਿਆਰਿਓ ਕਹਿੰਦੇ ਹੋਸ਼ੇ ਸ਼ਾ ਕੋਲੋਂ ਮੰਗਣ ਨਾ ਜਾਇਓ ਕਈ ਹੁੰਦੇ ਸਹਿਜ ਵਾਲੇ ਸ਼ਾ ਜਿਹੜੇ ਕਹਿੰਦੇ ਕੋਈ ਗੱਲ ਨਹੀਂ ਜੇ ਇਹਨੇ ਖੜੇ ਨੇ ਆਪੇ ਮੋੜ ਜਾਣੇ ਨੇ ਤੇ ਕਈ ਤੁਹਾਨੂੰ ਮੰਗਣਗੇ ਵੀ ਬੜੇ ਪੁੱਛੇ ਪੁੱਠੇ ਤਰੀਕੇ ਨਾਲ ਅੱਛਾ ਮੰਗਣਗੇ ਵੀ ਨਾਲੇ ਤਿੰਨਾ ਚੋਂ ਬੰਦਿਆਂ ਨੂੰ ਦੱਸਣਗੇ ਲੱਗੇ ਤੇ ਕਈ ਕੰਨੋਂ ਕਦੀ ਖਬਰ ਨਹੀਂ ਹੋਣ ਦਿੰਦੇ ਵੀ ਕਿਸੇ ਦੀ ਮੈਂ ਕੋਈ ਹੈਲਪ ਕੀਤੀ ਆ ਤੇ ਕਈ ਉਹ ਸਭ ਰਿਸ਼ਤੇਦਾਰਾਂ ਨੂੰ ਸਾਥ ਬੰਦਿਆਂ ਨੂੰ ਦੱਸ ਦਿੰਦੇ ਆ ਵੀ ਅੱਜ ਜੋਏ ਨੇ ਕੀਤਾ ਨਾ ਇਹਦੇ ਮੈਂ ਮਤ ਕੀਤੀ ਸੀ ਇਹਦੀ ਉਹਨੂੰ ਕਹਿੰਦੇ ਹੋਸ਼ਾ ਸ਼ਾ ਭਾਈ ਸਾਹਿਬ ਕਹਿੰਦੇ ਹੋਸ਼ਾ ਸ਼ਾ ਨਾ ਕੀ ਚਾਹੀ ਦੇ ਪਛੋਤਾਈ ਹੈ ਜਿਹੜਾ ਤੁਹਾਡੀ ਮਤ ਕਰਕੇ ਮੁੜੇ ਸਾਰੀ ਜ਼ਿੰਦਗੀ ਪਛਤਾਉਂਦਾ ਰਵੇ ਸਾਹਿਬ ਉਹ ਨਾ ਸੇਵੀਏ ਜਮ ਡੰਡ ਸਹਾਈ ਹੈ ਉਸ ਸਾਹਿਬ ਨੂੰ ਸੇਵਣ ਦਾ ਕੀ ਫਾਇਦਾ ਫੇ ਵੀ ਜਮ ਜਮਾਂ ਦੀ ਮਾਰ ਦਾ ਡਰ ਰਹਿ ਜੇ ਉਸ ਸਾਹਿਬ ਦੇ ਪੈਰੀ ਚਰਨੀ ਲੱਗਣ ਦਾ ਕੀ ਮਤਲਬ ਰਹਿ ਗਿਆ ਜੇ ਫਿਰ ਵੀ ਡਰ ਰਿਹਾ ਵੀ ਹਾਏ ਕਿਤੇ ਮੇਰਾ ਕੋ ਨੁਕਸਾਨ ਨਾ ਹੋ ਜਾਏ ਅੱਜ ਲੋਕ ਜਾਂਦੇ ਵੀ ਆ ਕੋ ਕਿਸੇ ਦੇ ਗਾੜੀ ਮੱਥਾ ਟੇਕਦਾ ਕੋਤੇ ਦੀਵਾ ਜਗਾਉ ਤੁਸੀਂ ਵੇਖੋ ਅੱਜ ਸਾਡੇ ਸਮਾਜ ਦੇ ਹਾਲਾਤ ਜਿਹੜੇ ਲੋਕ ਮਠੀਆਂ ਤੇ ਕਬਰਾਂ ਤੇ ਦੀਵੇ ਜਗਾਉਂਦੇ ਨੇ ਉਹ ਵੀਰਵਾਰ ਕਿਸ ਰਿਸ਼ਤੇਦਾਰ ਦੇ ਛੇਤੀ ਕੀਤਿਆਂ ਨਹੀਂ ਜਾਂਦੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਜੇ ਅਸੀਂ ਚਲੇ ਗਏ ਸਮੋਰੋ ਦੀਵਾ ਕੌਣ ਜਗਾਊ ਸਾਡੇ ਉਹ ਐਤਵਾਰ ਜਾਂਦੇ ਆ ਤੇ ਬੁੱਧਵਾਰ ਸ਼ਾਮਾਂ ਤੱਕ ਬੋਲੋ ਜੀ ਵਾਪਸ ਆ ਜਾਂਦੇ ਆ ਉਹ ਵੀਰਵਾਰ ਘਰੋਂ ਬਾਹਰ ਰਹਿ ਨਹੀਂ ਸਕਦੇ ਉਹਨਾਂ ਨੂੰ ਇਹ ਹੁੰਦਾ ਵੀ ਵੀਰਵਾਰ ਦੀਵਾ ਕਨੇ ਜਗਾਉਣਾ ਉਦਾਂ ਗੱਲਾਂ ਆਜ਼ਾਦੀ ਦੀਆਂ ਕਰੀ ਜਣੇ ਸਾਨੂੰ ਆਜ਼ਾਦੀ ਚਾਹੀਦੀ ਹੈ ਆਜ਼ਾਦੀ ਚਾਹੀਦੀ ਹੈ ਆਜ਼ਾਦੀ ਕਾਦੀ ਹੈ ਤੁਸੀਂ ਵੀਰਵਾਰ ਤੇ ਆਪਣੇ ਘਰੋਂ ਬਾਹਰ ਜਾ ਨਹੀਂ ਸਕਦੇ ਜੇ ਤੁਹਾਨੂੰ ਆਜ਼ਾਦੀ ਮਿਲ ਵੀ ਗਈ ਵੀਰਵਾਰ ਤਾਂ ਤੁਸੀਂ ਫੇਰ ਵੀ ਆਪਣੇ ਘਰੋਂ ਬਾਹਰ ਨਹੀਂ ਜਾ ਸਕਦੇ ਕਿਉਂਕਿ ਤੁਹਾਡੇ ਦਿਮਾਗ 'ਚ ਜੇ ਦੀਵਾ ਨਾ ਜਗਾਇਆ ਤਾਂ ਤੁਹਾਡਾ ਨੁਕਸਾਨ ਬੜਾ ਤਕੜਾ ਹੋ ਜਾਣਾ ਸਮੱਸਿਆ ਖੜੀ ਹੋ ਜਾਣੀ ਤੁਹਾਨੂੰ ਤੇ ਕਈ ਪੁੱਛਦੇ ਜੀ ਗੁਰਬਾਣੀ 'ਚ ਲਿਖਿਆ ਹੁਣ ਗੁਰਬਾਣੀ 'ਚ ਸਭ ਕੁਝ ਲਿਖਿਆ ਗੁਰਬਾਣੀ ਪੜ੍ਹੀ ਕਹਿੰਦੇ ਆ ਦੁਬਦਾਂ ਨਾ ਪੜੋ ਹਰ ਬੈ ਨਾ ਹੋਰ ਨਾ ਪੁੱਜ ਮੜਾ ਮਸਾਣਾ ਬਾਣੀ 'ਚ ਲਿਖਿਆ ਨਾ ਮੜੀਆਂ ਤੇ ਜਾਣਾ ਨਾ ਮਸਾਣਾ ਤੇ ਜਾਣਾ ਅਸੀਂ ਛੱਡਿਆ ਕੱਖ ਨਹੀਂ ਸਾਡੇ ਸਾਰੇ ਥਾਂ ਤੋਂ ਰੇਫਰਦੇ ਆ ਕਿੱਥੇ ਜਾ ਕੇ ਮੱਥਾ ਟੇਕੀ ਜਾਂਦਾ ਕੋ ਕਿੱਥੇ ਜਾ ਕੇ ਮੱਥਾ ਟੇਕੀ ਜਾਂਦਾ ਤੇ ਇਸ ਕਰਕੇ ਭਾਈ ਸਾਹਿਬ ਕਹਿੰਦੇ ਨੇ ਸਾਹਿਬ ਉਹ ਨਾ ਸੇਵੀਏ ਜੰਮ ਡੰਡ ਸਹਾਈ ਹੈ ਕਹਿੰਦੇ ਵੈਦ ਉਹ ਨਾ ਸੇਵੀਏ ਕਹਿੰਦੇ ਕਿ ਉਸ ਵੈਦ ਦੇ ਕੋਲ ਦਵਾਈ ਲੈਣ ਦਾ ਕੀ ਫਾਇਦਾ ਹਮੇ ਰੋਗ ਨਾ ਜਾਇਏ ਜਿਹਦੇ ਕੋਲ ਤੁਹਾਡਾ ਰੋਗ ਹੀ ਨਾ ਖਤਮ ਹੋਵੇ ਤੁਹਾਡੇ ਅੰਦਰ ਦੀ ਪੀੜਾ ਹੀ ਨਾ ਦੂਰ ਕਰ ਸਕੇ ਤੋ ਇਸ ਕਰਕੇ ਪਾਈ ਸਾਹਿਬ ਨੇ ਸਿੱਖਿਆ ਦਿੱਤੀ ਮਨੁੱਖ ਨੂੰ ਸਮਝਾਉਣ ਵਾਸਤੇ ਕਿ ਹੇ ਬੰਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਇਹ ਚੇਤਾ ਰੱਖੀ ਇੱਕ ਮਾਲਕ ਦੀ ਬੰਦਗੀ ਕਰ ਇੱਕ ਪਰਮੇਸ਼ਰ ਦੇ ਨਾਲ ਸਾਂਝ ਪਾ ਸਵੇਰੇ ਵਕਤ ਸਰ ਉੱਠਣ ਦੀ ਆਤ ਪਾਓ ਰਾਤ ਨੂੰ ਟਾਈਮ ਨਾਲ ਸੌਣ ਦੀ ਆਤ ਪਾਈ ਵੇਖੋ ਜਿਨ੍ਹਾਂ ਦੇ ਕੰਮਕਾਰ ਵਾ ਉਹਨਾਂ ਨੇ ਲੇਟ ਸੌਣਾ ਬਹਾਨਾ ਉਹਨਾਂ ਕੋਲ ਹੈ ਕਿਉਂਕਿ ਉਹ ਤੇ ਕੰਮ ਕਰਦੇ ਆ ਕੋਈ ਫੈਕਟਰੀ ਜੌਬ ਕਰਦਾ ਹੈ ਕੋਈ ਰਾਤ ਨੂੰ ਟਰੱਕ ਚਲਾਉਂਦਾ ਹੈ ਤੂੰ ਕਿਤੇ ਡਿਊਟੀ ਆ ਕਿਸੇ ਦੀ ਉਹਦਾ ਮੰਨਿਆ ਹੋ ਸਕਦਾ ਹੈ ਪਰ ਅੱਜ ਸਾਡੇ ਘਰਾਂ ਦੇ ਵਿੱਚੋਂ ਅੰਮ੍ਰਿਤ ਵੇਲਾ ਗਵਾਚ ਗਿਆ ਸਵੇਰੇ ਟਾਈਮ ਨਾਲ ਉੱਠਣ ਦੀ ਆਦਤ ਸਾਡੇ ਘਰਾਂ ਚੋਂ ਗਵਾਚ ਗਈ ਆ ਅਸੀਂ ਲੇਟ ਉੱਠਦੇ ਹਾਂ ਬਹੁਤ ਅੱਛਾ ਜਿਹੜਾ ਸਵੇਰੇ ਟਾਈਮ ਨਾਲ ਉੱਠਣਾ ਨਾ ਇਹ ਤੁਹਾਡੀ ਬੋਡੀ ਵਾਸਤੇ ਵੀ ਵਧੀਆ ਤੁਹਾਡੀ ਸਿਹਤ ਵਾਸਤੇ ਵਧੀਆ ਜੇ ਤੁਸੀਂ ਸਵੇਰੇ ਟਾਈਮ ਨਾਲ ਉੱਠਦੇ ਆ ਜਿਹੜੇ ਬੰਦੇ ਨੇ ਸੂਰਜ ਉੱਠਣ ਤੋਂ ਪਹਿਲਾਂ ਸੂਰਜ ਚੜ੍ਹਨ ਤੋਂ ਪਹਿਲਾਂ ਆਪਣੇ ਆਪ ਨੂੰ ਬੈੱਡ ਤੋਂ ਪਰਾਂ ਕਰ ਲਿਆ ਵਾ ਤੁਹਾਨੂੰ ਕਿੰਨੀ ਐਨਰਜੀ ਮਿਲਣੀ ਆ ਤੁਹਾਡਾ ਚਿਹਰਾ ਤੁਸੀਂ ਵੇਖੋ ਕਈ ਬੰਦੇ ਜਿਹੜੇ ਜਿਹੜੇ ਟਾਈਮ ਨਾਲ ਸਵੇਰੇ ਉੱਠਦੇ ਆ ਤੁਸੀਂ ਤੁਹਾਨੂੰ ਉਹਦੇ ਚਿਹਰੇ ਖਿੜੇ ਨਜ਼ਰ ਆਉਣਗੇ ਉਹਨਰੇ ਉੱਠਣ ਬੈਠਣ ਦਾ ਤੁਰਨ ਦਾ ਕੰਮ ਕਰਦਾ એનર્ਜੀ ਹੈ ਨਾ ਕਈ ਬੰਦੇ ਉਹ ਤੁਹਾਨੂੰ ਵੇਖਿਓ ਲੱਤਾਂ ਘੜੀ ਸਕੜੀ ਸਕੇ ਤੁਰਨਗੇ ਸਭ ਕੁਝ ਹੋਣ ਤੋਂ ਬਾਅਦ ਵੀ ਅੱਛਾ ਕਈਆਂ ਨੂੰ ਪੁੱਛੋਗੇ ਤੁਸੀਂ ਹੋਰ ਪਰਿਵਾਰ ਦਾ ਕੀ ਹਾਲ ਆ ਉਹ ਇਦਾਂ ਕਹਿਣਗੇ ਬੜੀ ਮਾਰਗ ਦੀ ਕਿਰਪਾ ਰੱਬ ਨੇ ਔਕਾਤ ਤੋਂ ਵੱਧ ਕੇ ਦਿੱਤਾ ਬਹੁਤੀ ਬਾਬੇ ਦੀ ਬਖਸ਼ਿਸ਼ ਆ ਤੇ ਕਈ ਤੁਹਾਨੂੰ ਇਦਾਂ ਕਹਿਣਗੇ ਜਿਹੜੀ ਘੜੀ ਲੰਘ ਜੇ ਉਹ ਹੀ ਠੀਕ ਹੈ ਬਈ ਦੱਸ ਤੇਰੀਆਂ ਘੜੀਆਂ ਨੂੰ ਹੋਇਆ ਕੀ ਬੰਦਿਆ ਜੰਗਾ ਭੜਾ ਪਕਵਾਨ ਖਾਈ ਜਾਣਾ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾਉਣਾ ਤੂੰ ਤਰ੍ਹਾਂ ਤਰ੍ਹਾਂ ਦੀਆਂ ਗੱਡੀਆਂ ਘਰ ਚ ਖਲੋਤੀਆਂ ਸਾਰਾ ਕੁਝ ਹੈਗਾ ਵਾ ਫੇ ਵੀ ਰੋਣ ਜੇ ਵਾਲਾ ਮੂੰਹ ਬਣਾਉਣਾ ਵੀ ਘੜੀਆਂ ਮਾੜੀਆਂ ਜਾਂ ਸਾਡੀਆਂ ਮਾਫ ਕਰਨਾ ਜਿਨ੍ਹਾਂ ਦਾ ਰੋਣਾ ਧੋਣਾ ਇੱਥੇ ਨਹੀਂ ਮੁੱਕਿਆ ਉਹਨਾਂ ਦਾ ਕਿਤੇ ਹੋਰ ਜਾ ਕੇ ਵੀ ਨਹੀਂ ਮੁਕਣਾ ਤੇ ਜਿਨ੍ਹਾਂ ਨੂੰ ਖੁਸ਼ ਰਹਿਣ ਦੀ ਆਤਮਾ ਕੀ ਉਹਨਾਂ ਨੇ ਇੱਥੇ ਵੀ ਖੁਸ਼ ਰਹਿਣ ਦੀ ਆਤਮਾ ਇਸ ਕਰਕੇ ਆਪਣੀ ਜ਼ਿੰਦਗੀ ਨੂੰ ਚੜ੍ਹਦੀ ਕਲਾ 'ਚ ਰੱਖੋ ਹਮੇਸ਼ਾ ਹੀ ਜੇ ਜੇ ਕਿਸੇ ਬੰਦੇ ਨੂੰ ਪੁੱਛੋ ਜੀ ਤੇਰੀ ਜ਼ਿੰਦਗੀ 'ਚ ਮੁਸੀਬਤਾਂ ਵੜੀਆਂ ਉਹਨੂੰ ਇਹ ਪੁੱਛੋ ਗੁਰੂਆਂ ਨਾਲੋਂ ਵੱਧ ਸਿੱਖਾਂ ਨਾਲੋਂ ਵੀ ਵੱਧ ਬੰਦਾ ਸਿੰਘ ਬਹਾਦਰ ਨਾਲੋਂ ਵੀ ਵੱਧ ਜਿਨ੍ਹਾਂ ਬੀਬੀਆਂ ਨੂੰ ਸਵਾ ਸਵਾ ਮਣ ਦੇ ਪਿਸਨੇ ਪਿਸਨੇ ਪਏ ਉਹਨਾਂ ਨਾਲੋਂ ਵੱਧ ਵੀ ਤੁਹਾਡੀ ਜ਼ਿੰਦਗੀ 'ਚ ਮੁਸ਼ਕਿਲਾਂ ਪਲਾ ਜਿਨ੍ਹਾਂ ਨੂੰ ਘੋੜਿਆਂ ਦੀਆਂ ਕਾਠੀਆਂ ਤੇ ਰਹਿਣਾ ਪਿਆ ਜਿਨ੍ਹਾਂ ਨੇ ਛਪੜਾਂ ਦੇ ਪਾਣੀ ਪੀਤੇ ਜਿਨ੍ਹਾਂ ਨੇ ਦਰਖਤਾਂ ਦੇ ਸੁੱਕੇ ਪੱਤੇ ਭੂਕੇ ਖਾਦੇ ਕੀ ਉਹਨਾਂ ਨਾਲੋਂ ਵੀ ਜ਼ਿੰਦਗੀਆਂ ਵਿੱਚ ਜ਼ਿਆਦੀਆਂ ਮੁਸ਼ਕਿਲਾਂ ਨੇ ਪਲਾ ਸਾਰਾ ਕੁਝ ਮਣਦੇ ਹੋਇਆ ਵੀ ਆਪਣੇ ਆਪ ਨੂੰ ਢੇਂਦੀ ਕਲਾ ਚ ਰੱਖ ਕੇ ਜੀਵਨ ਜੂਣਾ ਇਹ ਕੋਈ ਵਧੀਆ ਗੱਲ ਨਹੀਂ ਸਾਸੰਗ ਜੀ ਸ਼ੁਕਰਾਨਾ ਕਰੋ ਉਸ ਮਾਲਕ ਦਾ ਦਾਤਾ ਤੇਰਾ ਜਿੰਨਾ ਧੰਨਵਾਦ ਕਰੀਏ ਉਹਨਾ ਥੋੜਾ ਪਹਿਲਾਂ ਤੇ ਇਹ ਧੰਨਵਾਦ ਕਰਿਆ ਕਰੋ ਸੱਚਿਆ ਪਾਸ਼ਾ ਸਾਨੂੰ ਆਹ ਸਰੀਰ ਬਖਸ਼ਿਸ਼ ਕੀਤਾ ਆੜੀ ਕਾਇਆ ਦਿੱਤੀ ਸਾਨੂੰ ਆਹ ਦੇਹ ਦਿੱਤੀ ਆ ਤੁਹਾਡਾ ਧੰਨਵਾਦ ਕਰੀਏ ਸਾਰੇ ਟਾਈਮ ਨਾਲ ਉੱਠੋ ਅਮਰਤ ਵੇਲੇ ਉੱਠੋ ਆਪਣੇ ਸਤਿਗੁਰ ਚਿੜੀ ਚੌਕੀ ਪੌ ਫੁੱਟੀ ਵਗਨ ਬਹੁਤ ਤਰੰਗ ਇੱਕ ਜਦੋਂ ਜ਼ਿੰਦਗੀ ਚ ਮੁਸ਼ਕਲ ਆਵੇ ਕਦੀ ਮੁਸ਼ਕਲ ਨੂੰ ਵੱਡਾ ਨਾ ਕਰੋ ਮੁਸ਼ਕਿਲ ਨੂੰ ਛੋਟਾ ਕਰ ਦਿਓ ਉਹਦੇ ਉੱਤੇ ਮੁਸ਼ਕਿਲ ਦੇ ਉੱਤੇ ਆਪਣਾ ਪ੍ਰਭਾਵ ਪਾ ਦਿਓ ਫੇਰ ਕਿਹੜੀ ਗੱਲ ਆ ਜਿਹੜੀਆਂ ਮੁਸੀਬਤਾਂ ਆ ਵੀ ਇਨਸਾਨਾਂ ਤੇ ਆਉਂਦੀਆਂ ਆ ਪਹਿਲਾ ਮੁਸੀਬਤ ਮੇਰੇ ਨਾਲੋਂ ਵੱਡੀ ਐ ਨਹੀਂ ਮੈਂ ਮੁਸੀਬਤ ਨਾਲੋਂ ਵੱਡਾ ਆ ਮੈਂ ਆਪਣੇ ਗੁਰੂ ਦੀ ਸਿੱਖਿਆ ਲੈ ਕੇ ਮੁਸੀਬਤ ਵੇਖੋ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਜੀਵਨ ਪੜ੍ਹ ਕੇ ਵੇਖੋ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਦੇ ਚਾਰ ਸਾਹਿਬਜ਼ਾਦੇ ਨੇ ਤੇ ਮੈਂ ਕਹਿੰਦਾ ਇੱਕ ਹਫ਼ਤੇ ਵਿੱਚ ਜਿਹੜਾ ਇੱਕ ਇੱਕ ਜਿਹੜੀ ਇੱਕ ਹਫ਼ਤੇ ਦੀ ਇਸ਼ਰੀਆ ਨਾ ਜਿੰਨਾ ਵੀ ਉਸ ਇਤਿਹਾਸ ਤੇ ਮਾਣ ਕਰੀਏ ਉਹਨੇ ਥੋੜਾ ਸਾਸ ਸੰਗਤ 6 ਪੋ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ 6 ਪੋ 2016 6 ਪੋ ਅੱਗੇ 2017 ਜਦੋਂ ਆਪਾਂ ਵੇਖਦੇ ਆ 6 ਪੋ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾ ਆਪਣੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਛੇ ਤੇ ਸੱਤ ਪੋ ਦੀ ਰਾਤ ਨੂੰ ਅਨੰਤਪੁਰ ਸਾਹਿਬ ਛੱਡ ਦਿੰਦੇ ਆ ਮਹਾਰਾਜ ਮਾਲੋ ਤੁਸੀਂ ਆਪਣਾ ਘਰ ਛੱਡਣ ਲੱਗੇ ਹੋ ਤੇ ਤੁਹਾਨੂੰ ਫੇਰ ਵੀ ਪਤਾ ਹੁੰਦਾ ਵੀ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਚੌਥ ਨਹੀਂ ਹਫ਼ਤੇ ਨੂੰ ਨਹੀਂ ਦੋ ਹਫ਼ਤੇ ਨੂੰ ਦੋ ਸਾਲਾਂ ਨੂੰ ਇਸ ਘਰ ਅਸੀਂ ਫੇਰ ਆ ਜਾਣਾ ਹੁੰਦਾ ਨਾ ਪਾਤਸ਼ਾਹ ਅਨੰਤਪੁਰ ਸਾਹਿਬ ਛੱਡਦੇ ਆ ਇੱਕ ਵੀ ਪਰਿਵਾਰ ਦਾ ਜੀ ਉਸ ਛੇ ਪੋ ਦੀ ਰਾਤ ਤੋਂ ਬਾਅਦ ਦੁਬਾਰਾ ਅਨੰਤਪੁਰ ਸਾਹਿਬ ਗਿਆ ਹੀ ਨਹੀਂ ਹਿਸਟਰੀ ਆ ਤੁਹਾਡੇ ਸਾਹਮਣੇ ਮੰਨ ਲਓ ਤੁਸੀਂ ਆਪਾਂ ਸਾਰੇ ਗ੍ਰਸਤੀਆਂ ਆਪਾਂ ਆਪਣੇ ਪਰਿਵਾਰ ਸਮੇਤ ਘਰ ਛੱਡਣ ਲੱਗੇ ਆ ਮੰਨ ਲਓ ਤੇ ਆਪਾਂ ਨੂੰ ਫੇਰ ਵੀ ਪਤਾ ਹੁੰਦਾ ਵੀ ਯਾਰ ਅੱਜ ਨਹੀਂ ਤੇ ਦੋ ਸਾਲਾਂ ਬਾਅਦ ਤਿੰਨਾਂ ਸਾਲਾਂ ਬਾਅਦ ਹਫ਼ਤੇ ਬਾਅਦ ਪੰਜਾਂ ਸਾਲਾਂ ਬਾਅਦ ਫੇਰ ਆਪਾਂ ਆਪਣੇ ਪਿੰਡ ਆਪਣੇ ਘਰ ਆਵਾਂਗੇ ਅਜੇ ਆਪਾਂ ਵਿਦੇਸ਼ ਜਾਂਦੇ ਆ ਨਾ ਆਪਾਂ ਨੂੰ ਪਤਾ ਹੁੰਦਾ ਕੋਈ ਕਹਿੰਦਾ ਜੀ ਮੈਂ ਪੰਜਾਂ ਸਾਲਾਂ ਬਾਅਦ ਆਇਆ ਕੋਈ ਕਹਿੰਦਾ 20 ਸਾਲਾਂ ਬਾਅਦ ਆਇਆ ਕੋਈ ਕਹਿੰਦਾ 30 ਸਾਲਾਂ ਬਾਅਦ ਆਇਆ ਦੱਸਦੇ ਆ ਨਾ ਇਥੇ ਧੰਗ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ 6 ਪੌ ਦੀ ਰਾਤ ਨੂੰ ਛੱਡਦੇ ਆ ਸਾਰੇ ਪਰਿਵਾਰ ਸਮੇਤ ਇੱਕ ਵੀ ਜੀ ਪਾਤਸ਼ਾਹ ਦਾ ਮੁੜ ਕੇ ਅਨੰਦਪੁਰ ਸਾਹਿਬ ਨਹੀਂ ਰਿਹਾ ਲਾਹਣ ਤੁਰੋ ਸਰਸਾ ਨਦੀ ਦੇ ਕੰਢੇ ਤੇ ਵਿਛੋੜਾ ਪੈਂਦਾ ਧੰਗ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਲਖਤੇ ਜਿਗਰ ਵੱਡੇ ਸਾਹਿਬ ਜਾਦੇ ਚਮਕੌਰ ਸਾਹਿਬ ਦੀ ਗੜੀ ਦੇ ਬਾਦਸ਼ਾਹ ਦਾ ਜਾਮ ਪਿੰਦੇ ਛੋਟੇ ਸਾਹਿਬ ਜਾਦੇ ਫਤਿਹਗੜ੍ਹ ਸਰਹੰਦ ਸ਼ਾਦਾ ਜਾਮ ਪਿੰਦੇ ਮਾਤਾ ਗੁਜਰ ਕੌਰ ਜੀ ਵੀ ਉੱਥੇ ਸ਼ਾਦਾ ਜਾਮ ਪੀ ਜਾਂਦੇ ਆ ਪਾਸ਼ਾ ਧਾਨ ਗੁਰ ਗੋਬਿੰਦ ਸਿੰਘ ਸੱਚੇ ਪਾਸ਼ਾ ਦੇ ਮਹਿਲ ਦਿੱਲੀ ਵਾਲ ਨੂੰ ਚਲੇ ਜਾਂਦੇ ਨੇ ਭਾਈ ਧੰਨਾ ਸਿੰਘ ਜੀ ਭਾਈ ਜਵਾਰ ਸਿੰਘ ਜੀ ਭਾਈ ਮਨੀ ਸਿੰਘ ਜੀ ਇਹ ਲੈ ਕੇ ਉਹਨਾਂ ਨੂੰ ਦਿੱਲੀ ਵਾਲ ਨੂੰ ਚਲੇ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਦੇ ਪਰਿਵਾਰ ਦੇ ਪੰਜ ਜੀ ਇੱਕ ਹਫ਼ਤੇ ਦੇ ਵਿੱਚ 6 ਪੋਤੇ ਲੈ ਕੇ 13 ਪੋਤੇ ਤੱਕ ਇੱਕ ਪਰਿਵਾਰ ਚੋਂ ਪੰਜ ਜੀ ਸ਼ਾਦਤ ਦਾ ਜਾਮ ਪੀਂਦੇ ਨੇ 13 ਪੋ ਤੱਕ ਸਭ ਜਾਦੇ ਛੋਟੀਆਂ ਦਾ ਤੇ ਮਾਤਾ ਗੁਜਰ ਕੌਰ ਦਾ ਸੰਸਕਾਰ ਵੀ ਹੋ ਜਾਂਦਾ ਹੈ ਪਰ ਪਾਤਸ਼ਾਹ ਨੇ ਫਿਰ ਵੀ ਉਲਾਮਾ ਨੂੰ ਦਿੱਤਾ ਕਿਸੇ ਨੂੰ ਇੱਕ ਵੀ ਸ਼ਿਕਵਾ ਨਹੀਂ ਕੀਤਾ ਪਰ ਅੱਜ ਸਾਡੇ ਸਮਾਜ ਵਿੱਚ ਵੇਖ ਲਓ ਮਾੜੀ ਜਿਹੀ ਕਿਤੇ ਘਟਨਾ ਵਾਪਰ ਜਾਏ ਕਿਦਾਂ ਲੋਕ ਲੰਮੇ ਦਿੰਦੇ ਹਾਏ ਰੱਬ ਜੀ ਸਾਡੀ ਕਿਸਮਤ ਮਾੜੀ ਹਾਏ ਰੱਬ ਜੀ ਤੁਸੀਂ ਕਿਹੜੇ ਜਨਮ ਦਾ ਸਾਡੇ ਕੋਲੋਂ ਬਦਲਾ ਲਿਆ ਕਿਉਂ ਕਿ ਸਾਡੀ ਜ਼ਿੰਦਗੀ 'ਚ ਗੁਰੂ ਦਾ ਉਪਦੇਸ਼ ਨਹੀਂ ਹੈਗਾ ਗੁਰੂ ਦੀ ਸਿੱਖਿਆ ਗੁਰੂ ਦੀ ਬਾਣੀ ਗੁਰੂ ਦੀ ਵਿਚਾਰ ਜਿਹੜੀ ਸਾਡੇ ਜ਼ਿੰਦਗੀ ਚ ਗਵਾਚ ਗਈ ਅੱਜ ਵੇਖੋ ਇਹ مانਕੀ ਆ ਭਲਾ ਸਾਰੇ ਤੁਸੀਂ ਪੜੇ ਲਿਖੇ ਪੈਣਪਰਾ ਬਜ਼ੁਰਗ ਨੌਜਵਾਨ ਬੱਚੇ ਮੇਰੀਆਂ ਭੈਣਾਂ ਬੈਠੀਆਂ ਨੇ ਜਿੱਦਾਂ ਦੀ ਤੁਸੀਂ ਸਰੀਰ ਨੂੰ ਖੁਰਾਕ ਦਿਓਗੇ ਸਰੀਰ ਉਦਾਂ ਦਾ ਹੋ ਜਾਂਦਾ ਤੁਸੀਂ ਹੁਣ ਸਰੀਰ ਨੂੰ ਤੁਸੀਂ ਚੰਗੀ ਖੁਰਾਕ ਦਿਓਗੇ ਸਰੀਰ ਮਜ਼ਬੂਤ ਹੋਏਗਾ ਜੇ ਸਰੀਰ ਨੂੰ ਮਾੜੀ ਖੁਰਾਕ ਦਿਓਗੇ ਤੁਹਾਡਾ ਸਰੀਰ ਕਮਜ਼ੋਰ ਹੋਏਗਾ ਹੁਣ ਤੁਸੀਂ ਤਲੀਆਂ ਫਲੀਆਂ ਚੀਜ਼ਾਂ ਖਾਈ ਜਾਓਗੇ 24 ਘੰਟੇ ਤੇਰਾ ਤੁਹਾਡੇ ਸਰੀਰ ਵਾਸਤੇ ਵਧੀਆ ਨਹੀਂ ਤੁਸੀਂ ਉਹ ਖਾਣਾ ਖਾਓਗੇ ਤੁਹਾਡੀ ਬਾਡੀ ਸਹੀ ਰਹਿਣੀ ਨਹੀਂ ਜਿੰਨੇ ਮਰਜ਼ੀ ਦਵਾਈਆਂ ਖਾਈ ਜਾਓ ਸਿਆਣਾ ਡਾਕਟਰ ਕਹਿੰਦਾ ਪਾਈ ਪਹਿਲਾਂ ਤੂੰ ਆਪਣੀ ਖੁਰਾਕ ਚੇਂਜ ਕਰ ਤੇਰਾ ਖਾਣਾ ਸਹੀ ਨਹੀਂ ਹੈਗਾ ਤੂੰ ਆਪਣੀ ਖੁਰਾਕ ਸਹੀ ਕਰਨਾ ਤੈਨੂੰ ਬਿਮਾਰੀ ਹੈ ਹੀ ਕੋਈ ਨਹੀਂ ਤੂੰ ਠੀਕ ਹੋ ਜਾਣਾ ਜਿਵੇਂ ਸਰੀਰ ਦੀ ਖੁਰਾਕ ਸਹੀ ਨਾ ਹੋਵੇ ਤੇ ਸਰੀਰ ਤੇ ਫਰਕ ਪੈਂਦਾ ਹੈ ਇਦਾਂ ਹੀ ਜਦੋਂ ਮਨ ਦੀ ਖੁਰਾਕ ਸਹੀ ਨਾ ਹੋਵੇ ਤੇ ਮਨ ਦੇ ਉੱਤੇ ਵੀ ਫਰਕ ਪੈਂਦਾ ਹੈ ਅੱਜ ਮਨ ਦੀ ਖੁਰਾਕ ਸਹੀ ਨਹੀਂ ਹੈਗੀ ਕਿੱਥੇ ਭਰਾ ਭਰਾ ਤੇ ਜਾਨ ਦਿੰਦੇ ਨੇ ਅੱਜ ਮੰਨ ਦੀ ਖੁਰਾਕ ਨਾ ਸਹੀ ਹੋਣ ਕਰਕੇ ਭਰਾ ਭਰਾ ਦੇ ਕਤਲ ਵੀ ਕਰ ਰਹੇ ਨੇ ਅਚਾਰ ਦਿਨ ਪਹਿਲਾਂ ਖਬਰ ਸੁਣੀ ਤੁਸੀਂ ਜਿੱਦੇ ਛੋਟੇ ਭਰਾ ਦੇ ਕੋਲੋਂ ਵੱਡੇ ਭਰਾ ਦਾ ਕਤਲ ਹੋਇਆ ਯਾਰ ਭਰਾ ਤਾਂ ਭਰਾਵਾਂ ਤੇ ਜਾਨ ਦਿੰਦੇ ਆ ਭਰਾ ਤਾਂ ਆਪਣੇ ਮੂੰਹ ਚੋਂ ਕੱਢ ਕੇ ਭਰਾਵਾਂ ਦੇ ਮੂੰਹ ਚ ਪਾਉਂਦੇ ਸੀ ਇਹ ਕਿਦੋਂ ਦੀ ਦੁਨੀਆ ਤੁਰ ਪਈ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤਨ ਰਹਿਓ ਕੋਈ ਭਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਦੁਨੀਆਂ ਜਾ ਕੇ ਦਰ ਨੂੰ ਰਹੀ ਹੈ ਕਦੀ ਸੋਚ ਕੇ ਵੇਖਿਆ ਕਾਰਨ ਕੀਆ ਸਾਡੇ ਕੋ ਗੁਰਮਤ ਵਾਲਾ ਪੱਖ ਨਹੀਂ ਲਾਲਚ ਨੇ ਤਾਂ ਵਾੜੇ ਪੰਜ ਵਕਾਰ ਨੇ ਆ ਨਾ ਸਾਸ ਜੀ ਇਹ ਪੰਜਾਂ ਵਕਾਰਾਂ ਨੂੰ ਸਤਗੁਰ ਨੇ ਬਾਣੀ ਚ ਪਤਾ ਕੀਆ ਕਿਆ ਇਹ ਜਿਹੜੇ ਪੰਜ ਵਕਾਰ ਆ ਨਾ ਪੰਜ ਚੋਰ ਬੈਠੇ ਬੰਦੇ ਦੇ ਅੰਦਰ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਿਸੇ ਵੀ ਘਰ ਚ ਲੜਾਈ ਆ ਕਿਸੇ ਪਿੰਡ ਦੀ ਲੜਾਈ ਆ ਕਿਸੇ ਪਰਿਵਾਰ ਦੇ ਜੀ ਦੀ ਲੜਾਈ ਆ ਕਿਸੇ ਦੇਸ਼ ਦੀ ਲੜਾਈ ਆ ਇਹਨਾਂ ਪੰਨਿਆਂ ਤੋਂ ਬਿਨਾ ਛੇਵਾਂ ਕੋਈ ਕਾਰਨ ਨਹੀਂ ਹੈਗਾ ਕੋਈ ਕਾਰਨ ਨਹੀਂ ਤੁਸੀਂ ਜਿੰਨੇ ਵੀ ਲੜਾਈਆਂ ਦੇ ਕਾਰਨ ਹੈ ਨਾ ਪੰਨਿਆਂ ਚੋਂ ਇੱਕ ਕਾਰਨ ਹੀ ਹੋਏਗਾ ਕਿਤੇ ਲਾਲਚ ਦੀ ਲੜਾਈ ਆ ਕਿਤੇ ਕਾਮ ਵਾਸ਼ਨਾਵਾਂ ਦੀ ਲੜਾਈ ਆ ਕਿਤੇ ਕ੍ਰੋਧ ਦੀ ਲੜਾਈ ਆ ਕਿਤੇ ਹੰਕਾਰ ਦੀ ਲੜਾਈ ਆ ਵੀ ਮੇਰੀ ਕਿਉਂ ਨਹੀਂ ਮੰਨੀ ਗਈ ਹੋਰ ਹੈ ਕੀ ਆ ਕਿਤੇ ਮੋਲ ਦੀ ਲੜਾਈ ਆ ਪਕੜ ਹੈ ਮੈਂ ਉਹਦਾ ਖਾਲਾ ਮੈਂ ਉਹਦਾ ਖਾਲਾ ਆ ਚੀਜ਼ਾਂ ਜੀਵਨ ਚ ਰਹਿ ਗਈਆਂ ਹੁਣ ਸਤਗੁਰੂ ਪਾਤਸ਼ਾਹ ਜੀ ਕਿੰਡੀ ਪਿਆਰੇ ਵਿਚਾਰ ਬਖਸ਼ਿਸ਼ ਕਰਦੇ ਇੱਥੇ ਕਿੰਨਾ ਪਿਆਰਾ ਗਿਆ ਹੁਣ ਆਪਾਂ ਰੋਹ ਸੋਦਰ ਦੀ ਬਾਣੀ ਸ਼ਾਮ ਨੂੰ ਪੜਦੇ ਆ ਪੰਕਜ ਮੋਹ ਪਾਗ ਨਹੀਂ ਚੱਲੇ ਹਮ ਦੇਖਾ ਤਹ ਡੂਬੀ ਅਲੇ ਜਿਵੇਂ ਚਿੱਕੜ ਦੇ ਵਿੱਚ ਤੁਰਨਾ ਕਿ ਕਿਉਂ ਮੁਸ਼ਕਲ ਹੁੰਦਾ ਕਿ ਚਿੱਕੜ ਦੇ ਵਿੱਚ ਪੈਰ ਤਿਲਕਣ ਦਾ ਡਰ ਹੁੰਦਾ ਵੀ ਪੈਰ ਤਿਲ ਗਿਆ ਲੱਤਾਂ ਟੁੱਟ ਸਕਦੀ ਹੈ ਮੋਹ ਵੀ ਇੱਕ ਚਿੱਕੜ ਆ ਪਿਆਰਿਓ ਜਿਹੜਾ ਇਨਸਾਨ ਨੂੰ ਅੱਗੇ ਤੁਰ ਨਹੀਂ ਦਿੰਦਾ ਇਹ ਚਿਕੜ ਦੇ ਵਿੱਚ ਦੁਨੀਆ ਫਸੀ ਪਈ ਆ ਤੇ ਇਸ ਚਿਕੜ ਕਰਕੇ ਅੱਜ ਰੂਹਾਨੀਅਤ ਐ ਨਹੀਂ ਸਾਡੇ ਚਿਹਰੇ ਤੇ ਜਿਹੜਾ ਵਿਗਾਸ ਅੱਜ ਦੀ ਆਪਣੇ ਮਨ ਉਤੇ ਕੰਮ ਕਰਨਾ ਇਹ ਗਵਾ ਬੈਠੇ ਅਸੀਂ ਹੁਣ ਅਸੀਂ ਨਾਟਕ ਚੇਟਕ ਵੇਨੇ ਆ ਮਾੜੀਆਂ ਚੀਜ਼ਾਂ ਵੇਨੇ ਆ ਉਹ ਜਿਹੜਾ ਮਨ ਬਣੀ ਜਾਂਦਾ ਜੋ ਅੱਜ ਮੋਬਾਈਲ ਹੱਥ ਦੇ ਬੰਦੇ ਦੇ ਕੋਲ ਹੈਗਾ ਇਦਾਂ ਵੇਖੀ ਜਾਂਦਾ ਬਸ ਗੰਦ ਮੰਦ ਛੁੱਟੀ ਜਾਂਦਾ ਮਨ ਦੇ ਵਿੱਚ ਜੋ-ਜ ਵੇਖੀ ਜਾਂਦਾ ਮਨ ਵੀ ਉਦਾਂ ਦੇ ਕੁਕੀ ਮੈਂ ਪਹਿਲਾਂ ਕਹਿੰਦਾ ਜਿੱਦਾਂ ਦੀ ਤੁਸੀਂ ਸਰੀਰ ਨੂੰ ਖੁਰਾਕ ਦੇਣੀ ਸਰੀਰ ਨੇ ਉਦਾਂ ਦਾ ਬਣਨਾ ਹੈ ਮਨ ਨੂੰ ਜਿੱਦਾਂ ਦੀ ਖੁਰਾਕ ਦਿਓਗੇ ਤੁਸੀਂ ਹਫਤਾਕ ਚੰਗੀਆਂ ਚੀਜ਼ਾਂ ਪੜ੍ਹਨੀਆਂ ਚੰਗੀਆਂ ਚੀਜ਼ਾਂ ਸੁਣਨੀਆਂ ਸ਼ੁਰੂ ਕਰ ਦਿਓ ਤੁਹਾਡਾ ਮਨ ਵੀ ਚੰਗਾ ਬਣਨਾ ਸ਼ੁਰੂ ਹੋ ਜਾਣਾ ਅਸੀਂ ਵੇਨੇ ਨੈਗੇਟਿਵ ਚੀਜ਼ਾਂ ਜਿਉਂਤ ਜਿਉਂ ਨੈਗੇਟਿਵ ਚੀਜ਼ ਵੇਖਣੀ ਮੰਨ ਲਓ ਤੁਸੀਂ ਕੋਈ ਸੀਰੀਅਲ ਵੇਖਣ ਦੀਆਂ ਮੇਰੀਆਂ ਭੈਣਾ ਅੱਜ ਕੱਲ੍ਹ ਘਰ ਘਰ ਚ ਕੰਮ ਆ ਟੀਵੀ ਹੈਗੇ ਆ ਵੱਡੇ ਵੱਡੇ ਲਾਇ ਨਾਟਕ ਵੇਖੇ ਜਾ ਰਹੇ ਆ ਹੁਣ ਤੁਸੀਂ ਦੇਖੋ ਕਈਆਂ ਬੰਦਿਆਂ ਨੂੰ ਨਾਟਕ ਵਿੱਚ ਵੇਖ ਕੇ ਰੋਣ ਆਏਗਾ ਬੀ ਹਦਿਓ ਨਕਲੀ ਆ ਪਾਤਰ ਸਾਰੇ ਨਕਲੀ ਆ ਵੀ ਕਿਸੇ ਨੂੰ ਘਰੋਂ ਕੱਢ ਦਿੱਤਾ ਕਿਸੇ ਦਾ ਕਤਲ ਹੋ ਗਿਆ ਕਿ ਇਹਨੂੰ ਆ ਹੋ ਗਿਆ ਅੱਖਾਂ ਚ ਨਾਲ-ਨਾਲ ਸੀਨ ਵੇਖੇ ਜਾਂਦੇ ਨਾਲੇ ਅੱਖਾਂ ਚੋਂ ਥਰੂ ਆਈ ਜਾਂਦੇ ਅਛਾ ਜਿਹੜੇ ਬੰਦੇ ਦਾ ਨਾਟਕ ਵੇਖ ਕੇ ਮੂਵੀ ਵੇਖ ਕੇ ਰੋਣ ਆ ਰਿਆ ਨਾ ਉਹਦੇ ਘਰ ਚ ਸੱਚੀ ਮਾਂ ਬਿਮਾਰ ਪਈਆ ਪਿਓ ਬਿਮਾਰ ਪਿਆ ਭਰਾ ਬਿਮਾਰ ਪਿਆ ਉਦੋਂ ਨਹੀਂ ਰੋਣ ਆਉਂਦਾ ਵੀ ਯਾਰ ਮੇਰਾ ਭਰਾ ਮੇਰੇ ਲਈ ਇੰਨਾ ਕਰਦਾ ਰਿਹਾ ਮੇਰੀ ਮਾਂ ਇੰਨਾ ਕਰਦੀ ਰਹੀ ਹੈ ਜਾਨੀ ਕਿ ਨਾਟਕ ਨੇ ਸਾਨੂੰ ਆਪ ਵੀ ਨਾਟਕੀ ਜਿਹਾ ਜੀਵਨ ਬਣਾ ਦਿੱਤਾ ਵੀ ਨਾਟਕ ਵੇ ਵੇ ਕੇ ਰੋਈ ਜਾਂਦੇ ਆ ਜਿਹੜਾ ਅਸਲੀ ਜੀਵਨ ਦੇ ਵਿੱਚ ਸਾਡੇ ਰਿਸ਼ਤੇ ਆ ਉਹਨਾਂ ਦੀ ਕਦਰ ਹੀ ਕੋਈ ਨਹੀਂ ਹੈਗੀ ਸਾਨੂੰ ਹੁਣ ਜਿੱਦਾਂ ਦੀ ਮੰਨ ਦੀ ਖੁਰਾਕ ਸੀ ਤੁਸੀਂ ਮੰਨ ਨੂੰ ਖੁਰਾਕ ਚੰਗੀ ਸਰੀਰ ਨੂੰ ਖੁਰਾਕ ਚੰਗੀ ਹੁਣ ਜਿਹੜੇ ਜਿੰਮ ਜਾਂਦੇ ਆ ਉਹ ਨਾਲ ਖਰਾਕ ਵੀ ਤੋਹ ਜੀ ਲੈਂਦਾ ਕਿੰਨਾ ਪ੍ਰੋਟੀਨ ਖਾਣਾ ਉਹਨਾਂ ਨੇ ਫਾਈਬਰ ਕਿੰਨਾ ਲੈਣਾ ਉਸਾ ਉਹਨਾਂ ਖਰਾਕ ਲੈਂਦੇ ਆ ਉਹਨਾਂ ਦੀ ਸਰੀਰ ਵਧੀਆ ਬਣ ਲੱਗ ਪੈਂਦਾ ਤੁਸੀਂ ਵੇਖੋ ਜਿਹੜੇ ਜਿਮ ਜਾਣ ਵਾਲੇ ਨੌਜਵਾਨਾ ਉਹ ਤੋਲ ਤੋਲ ਕੇ ਖਾਂਦੇ ਆ ਵੀ ਮਾਸਾ ਨਹੀਂ ਵੱਧ ਖਾਣਾ ਮਾਸਾ ਘੱਟ ਨਹੀਂ ਖਾਣਾ ਜਿਹੜੇ ਜਿਹੜੇ ਬੰਦੇ ਆਪਣੀ ਬੋਡੀ ਦਾ ਧਿਆਨ ਰੱਖਦੇ ਆ ਇਦਾਂ ਹੀ ਤੁਸੀਂ ਆਪਣੇ ਮਨ ਦਾ ਵੀ ਧਿਆਨ ਰੱਖੋ ਅੱਜ ਮੈਂ ਪੜ੍ਹਿਆ ਕੀ ਆ ਅੱਜ ਮੈਂ ਵੇਖਿਆ ਕੀ ਆ ਅੱਜ ਮੈਂ ਸੁਣਿਆ ਕੀ ਆ ਆ ਚੁਗਲੀ ਲਿੰਦੇ ਜਿਹੜੇ ਤੁਹਾਡੇ ਲਾਗੇ ਕਰਦੇ ਆ ਨਾ ਮਾਫ ਕਰਨਾ ਇੱਕ ਦਿਨ ਪਹਿਲਾਂ ਮਾਫੀ ਮੰਗ ਲਉ ਆੜੇ ਚੁਗਲੀ ਨਹੀਂ ਦਿਆ ਤੁਹਾਡੇ ਕੋ ਕਰਦੇ ਨਾ ਫੋਨ ਤੇ ਜਾਂ ਤੁਹਾਡੇ ਨਾਲ ਇੱਕ ਗੱਲ ਚੇਤਾ ਰੱਖਿਓ ਜਿਹੜਾ ਤੁਹਾਡੇ ਕੋਲ ਕਿਸੇ ਦੀ ਗੱਲ ਕਰਦਾ ਉਹ ਤੁਹਾਡੀ ਗੱਲ ਵੀ ਕਿਸੇ ਕੋਲ ਪੱਕਾ ਕਰਦਾ ਹੋਵੇਗਾ ਕਿਉਂਕਿ ਉਹਦੇ ਕੋਲ ਕੰਮ ਹੀ ਇਹੋ ਦੇ ਕੋਲ ਉਹਨੂੰ ਹੈ ਕੰਮ ਹੈ ਹੀ ਕੋਈ ਨਹੀਂ ਕਈਆਂ ਨੂੰ ਚੁਗਲੀ ਕਰਨ ਦੀ ਆਦਤ ਹੁੰਦੀ ਆ ਉਹਦੀ ਉਹਦੇ ਕੋ ਕਰਦੀ ਆ ਉਹਦੀ ਕੋ ਉਹਦੀ ਕਰਦੀ ਕਈਆਂ ਨੂੰ ਤੇ ਗੁਰਦੁਆਰੇ ਆਣ ਕੇ ਵੀ ਆਦਤ ਹੁੰਦੀ ਆ ਕਥਾ ਕਰਦੀ ਪਾਠ ਚੱਲ ਰਿਹਾ ਹੋਊਗਾ ਤੇ ਉਹ ਨਾ ਇਦਾਂ ਕੰਨ ਚ ਉਹਦੇ ਐ ਸਿਰ ਫਸਾ ਕੇ ਨਾ ਕੰਨਾਂ ਦੇ ਲਾਗੇ ਤੇ ਗੱਲਾਂ ਕਰਦੇ ਹੋਣਗੇ ਹੋਗਾ ਸ਼ਲੋਕ ਤੇ ਆਰ ਥੋੜਾ ਪੁੱਛਣ ਡਿਆ ਉਹਦੇ ਕੋਲੋਂ ਕੋਈ ਕਿ ਭਾਈ ਸਾਹਿਬ ਜਿਹੜੀ ਕਥਾ ਕਰ ਰਹੇ ਮੈਨੂੰ ਸਮਝ ਨਹੀਂ ਆਈ ਮੈਨੂੰ ਦੱਸੀ ਕੀ ਆ ਗੱਲ ਹੀ ਕਰਨੀ ਕੋ ਕਿਸੇ ਦੀ ਮਾੜੀਆਂ ਗੱਲਾਂ ਕਰੀ ਜਾਣੀਆਂ ਚੰਗੀ ਗੱਲ ਕਰੋ ਆਪਣੀ ਜ਼ਿੰਦਗੀ 'ਚ ਮਾੜੀਆਂ ਗੱਲਾਂ 'ਚ ਇੱਕ ਹਫ਼ਤਾ ਇਦਾਂ ਕਰਕੇ ਵੇਖ ਲਓ ਪਾਸੇ ਨਾਲੋਂ ਧਿਆਨ ਹਟਾ ਕੇ ਨਾ ਪਾਸੇ ਨਾਲੋਂ ਵੀ ਕੌਣ ਕਿਹਦੇ ਨਾਲ ਕਰ ਕੀ ਕਰਦਾ ਕਿਸ ਦੇ ਨਾਲ ਕੀ ਕੀਤਾ ਆਪਣੇ ਆਪ ਤੇ ਕਰੋ ਵੇਖਿਓ ਤੁਹਾਡਾ ਸੋਚਣ ਦਾ ਨਜ਼ਰੀਆ ਬਦਲ ਜਾਣਾ ਹੈ ਤੁਸੀਂ ਰਿਲੈਕਸ ਮਹਿਸੂਸ ਕਰਨਾ ਹੈ ਤੁਸੀਂ ਚੜ੍ਹਦੀ ਕਲਾ ਝੋਣ ਲੱਗ ਪੈਣਾ ਅੜਾ ਤਜਾਵ ਬਣਦਾ ਵਾ ਬੀਪੀ ਵਾਧਦਾ ਵਾ ਬੀਪੀ ਘਟਦਾ ਵਾ ੜੀਆਂ ਪ੍ਰੋਬਲਮਾਂ ਵਾ ਇਹ ਖਰਾਕ ਨਾਲ ਵੀ ਸੰਬੰਧਤ ਹੈਗੀਆਂ ਥੋੜੀਆਂ ਜੀਆਂ ਪਰ ਕੁਝ ਗੱਲਾਂ ਤੁਹਾਡੇ ਸੋਚਣ ਨਾਲ ਵੀ ਸੰਬੰਧਤ ਵਾ ਵੀ ਅਸੀਂ ਸੋਚਦੇ ਕਿ ਅਸੀਂ ਵੇਨੇ ਕਿੱਦਾਂ ਵਾ ਸਾਡੇ ਸਮਾਜ ਨੇ ਜਿਹੜੀ ਈਰਖਾ ਹੈ ਤੇ ਕੁੱਟ-ਕੁੱਟ ਕੇ ਭਰੀ ਹੋਈ ਹੈ ਸਮਾਜ ਦੇ ਵਿੱਚ ਮੈਨੀਆਂ ਦਾ ਦੂਜਿਆਂ ਲਕੌਮਾਂ ਵਿੱਚ ਈਰਖਾ ਨਹੀਂ ਹੋਏਗੀ ਹੈਗੀ ਆ ਪਰ ਆਪਾਂ ਸਬੂਤ ਦੇ ਦਿੱਤਾ ਨਾ ਈਰਖਾ ਦਾ ਪੱਲਾ ਕਿਵੇਂ ਹੋਣਾ ਅਸੀਂ ਗੱਡੀ ਬਣਾਉਂਦੇ ਆ ਉਹਦੇ ਮਗਰ ਲਿਖਦੇ ਆ ਬੁਰੀ ਨਜ਼ਰ ਵਾਲੇ ਤੇਰਾ ਤੁਹਾਡੇ ਵਿੱਚ ਜਿੰਨਾਂ ਦੇ ਧੀ ਪੁੱਤ ਵਿਦੇਸ਼ ਹੈਗੇ ਪੁੱਛੋ ਭਲਾ ਉੱਥੇ ਟਰੱਕਾਂ ਮਗਰ ਲਿਖਿਆ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਪੁੱਛੋ ਜੀ ਫੋਨ ਕਰਕੇ ਉੱਥੇ ਤੁਹਾਡੇ ਵਿੱਚੋਂ ਕਈਆਂ ਰਿਸ਼ਤੇਦਾਰਾਂ ਦੇ ਬੱਚੇ ਟਰੱਕ ਚਲਾਉਂਦੇ ਹੋਣੇ ਆ ਉੱਥੇ ਅੱਛਾ ਉੱਥੋਂ ਦੇ ਟਰੱਕ ਵੀ ਮਹਿੰਗੇ ਮਹਿੰਗੇ ਆ 2-2 2.5 2.5 3-3 ਲੱਖ ਦਾ 3-3 ਲੱਖ ਡਾਲਰ ਦਾ ਉਹ ਟਰੱਕ ਪੂਰਾ ਬਣਦਾ ਤੇ ਇਥੋਂ ਦੇ ਸਮਝ ਲਓ 2-2 3-3 ਕਰੋੜ ਰੁਪਏ ਦਾ ਬਣਦਾ ਉਹ ਪਰ ਫਿਰ ਵੀ ਉਹਨਾਂ ਨੇ ਏਅਰ ਹੀ ਲਖਾਇਆ ਵੀ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਅਸੀਂ ਲੋਕਾਂ ਲਖਾਏ ਆ ਅਸੀਂ ਘਰ ਵੀ ਬਣਾਉਨੇ ਆ ਤਾਂ ਵੀ ਨਜ਼ਰ ਵਟੂ ਟੂ ਟੰਗਦੇ ਆਂ ਹੀ ਜਵਾਗ ਤਿਆਰ ਕਰਦੇ ਆਂ ਆਪੇ ਕਹੀ ਜਾਣਗੇ ਬੀ ਹਾਏ ਕਿੰਨਾ ਸੋਹਣਾ ਲੱਗਦਾ ਨਾਲੇ ਆਪੇ ਉਹਦੇ ਤੇ ਮੜੀ ਜੀ ਟਿੱਕਾ ਲਾਈ ਜਾਣਗੇ ਇਹਨੂੰ ਨਜ਼ਰ ਨਾ ਲੱਗ ਜੇ ਕਿਸੇ ਦੀ ਅਸੀਂ ਮਾਨਸਿਕ ਰੋਗੀਆਂ ਵਾਸਤੇ ਅਸੀਂ ਮਾਨਸਿਕ ਤੌਰ ਤੇ ਪੀੜਿਤ ਲੋਕੀ ਆ ਅਸੀਂ ਬਾਣੀ ਨਹੀਂ ਪੜੀ ਅਸੀਂ ਗੁਰੂ ਦਾ ਉਪਦੇਸ਼ ਨਹੀਂ ਪੜਿਆ ਸੀ ਮੈਂ ਗੁਰਦੇਵ ਦੇ ਵਚਨ ਪੜ ਰਿਆ ਸੀ ਪਾਸ਼ਾ ਜੀ ਕਹਿੰਦੇ ਨੇ ਜਦੋਂ ਗੁਰੂ ਦੀ ਸਿੱਖਿਆ ਜ਼ਿੰਦਗੀ ਚ ਆ ਜਾਏ ਨਾ ਫਿਰ ਮਨੁੱਖ ਦੇ ਉੱਤੇ ਕੋਈ ਤੰਤਰਾਂ ਮੰਤਰ ਏਦਾਂ ਦੇ ਚੀਜ਼ਾਂ ਦਾ ਅਸਰ ਨਹੀਂ ਹੁੰਦਾ ਨਾ ਫਿਰ ਮਨੁਖ ਤੰਤ ਮੰਤ ਨਾ ਜੋਹੀ ਤਿਤ ਚਾਖ ਨਾ ਲਾਗੇ ਨਾ ਕੋ ਤੰਤਰ ਨਾ ਕੋ ਮੰਤਰ ਚਾਖ ਤੱਕ ਨਾ ਨજર ਉਹਨੂੰ ਕਿਸੇ ਦੀ ਨજર ਦਾ ਵੀ ਕੋ ਅਸਰ ਨਹੀਂ ਪੈਂਦਾ ਨਾ ਉਹ ਪ੍ਰਵਾਇ ਨਹੀਂ ਕਰਦਾ ਇਹਨਾਂ ਗੱਲਾਂ ਦੀ ਉਹ ਕਹਿੰਦਾ ਮੈਂ ਆਪਣੇ ਗੁਰੂ ਦੇ ਸ਼ਬਦ ਦੀ ਬਾਣੀ ਪੜਦਾ ਗੁਰੂ ਦੀ ਸਿੱਖਿਆ ਲੈਣਾ ਮੈਂ ਮਾੜੇ ਕੰਮਾਂ ਤੋਂ ਆਪਣੇ ਆਪ ਨੂੰ ਬਚਾਉਣਾ ਕਿਹਦਾ ਬੁਰਾ ਨਾ ਸੋਚੋ ਇੱਕ ਤਰ੍ਹਾਂ ਇੱਕ ਤਾਂ ਜਦੋਂ ਤੁਸੀਂ ਬੰਦੇ ਹੋ ਖਲੋਂਦੇ ਹੋ ਜੇ ਤੁਹਾਡੇ ਨਾਲ ਕੋਈ ਮਾੜੀ ਗੱਲ ਕਰਦਾ ਵੇਰ ਉਹਨਾਂ ਦਾ ਭਰਾ ਮੇਰੇ ਕੋਲ ਮਾੜੀ ਗੱਲ ਨਹੀਂ ਹੋਣੀ। ਨਾ। ਇੱਕ ਚੇਤਾ ਰੱਖਿਓ। ਜਦੋਂ ਤੁਸੀਂ ਆਪਾਂ ਕਿਹਦਾ ਬੁਰਾ ਸੋਚਦੇ ਨਾ ਤੁਹਾਡੇ ਕਹਿਣ ਨਾਲ ਅਗਲਾ ਬੁਰਾ ਨਹੀਂ ਹੁੰਦਾ। ਉਹ ਤਾਂ ਨਹੀਂ ਹੁੰਦਾ ਆਪਣਾ ਹੁੰਦਾ। ਕਿੱਦਾਂ ਹੁੰਦਾ ਭਲਾ? ਕਿਉਂਕਿ ਉਹ ਤੇ ਆਪਣਾ ਕੰਮ ਕਰੀ ਜਾਣਾ। ਮੈਂ ਸੋਚਣਾ ਕਿ ਉਹਦਾ ਬੁਰਾ ਹੋ ਜਾਏ ਹੋਣਾ ਨਹੀਂ ਉਹਦਾ। ਉਹਦਾ ਚੰਗਾ ਹੋਣਾ ਤੇ ਦੁਖੀ ਮੈਂ ਹੋਣਾ ਵਾਂ। ਸਮਝ ਆ ਗਈ ਹੁਣ? ਆਪਾਂ ਜਦੋਂ ਅੱਬਾ ਕਿਹਦਾ ਬੁਰਾ ਸੋਚਦਾ ਮੈਂ ਦੁਖੀ ਕਿੱਦਾਂ ਹੋਣਾ ਭਲਾ? ਮੈਂ ਕਹਿਣਾ ਵੀ ਫਲਾਣੇ ਬੰਦੇ ਦਾ ਆ ਕੰਮ ਨਾ ਬਣੇ ਠੀਕ ਜੇ ਤੇ ਨਾ ਬਣਿਆ ਫੇਮਸ ਖੋਸ਼ ਵੜਾਉਣਾ ਪਰ ਉਹ ਕੰਮ ਜੇ ਗਿਆ ਬਾਣਾ ਤੇ ਦੁਖੀ ਕਹਿੰਦੇ ਹੋਣਾ ਭਲਾ ਜੀ ਬੁਰਗੇ ਦੱਸਿਓ ਉਹਨੇ ਹੋਣਾ ਜਿਹੜਾ ਸੋਚਦਾ ਸੀ ਇਹਨਾਂ ਦਾ ਕੰਮ ਇਹ ਨਾ ਹੀ ਬਣੇ ਤੇ ਚੰਗਾ ਵਾ ਮੰਨ ਲਓ ਕੋਈ ਤੁਹਾਡਾ ਕੋ ਰਿਸ਼ਤੇਦਾਰ ਗੱਡੀ ਲਿਆਉਣ ਫਿਰਦਾ ਹੋਵੇ ਵੀ ਅਸੀਂ ਨਵੀਂ ਗੱਡੀ ਕਢਾਉਣੀ ਆ ਤੇ ਤੁਸੀਂ ਮਨ ਚ ਪਹਿਲਾਂ ਸਲਾਮਾ ਕਰਦੇ ਫਿਰ ਉਹ ਜਿੰਨੇ ਮਰਜ਼ੀ ਪਾਪੜ ਵੇਲ ਲੋ ਗੱਡੀ ਧੜ ਕੋ ਲਿਆਂਦੀ ਨਹੀਂ ਜਾਣੀ ਹਨਾ ਤੇ ਉਤੋਂ ਤੋਂ ਕਹੀ ਜਾ ਵੀ ਕਾਕਾ ਲੈ ਆ ਗੱਡੀ ਗੱਡੀਆਂ ਸਟੰਗੀਆਂ ਲੱਗਦੀਆਂ ਉਹ ਲੈ ਆਉਣ ਉਹ ਲੱਡੂ ਵੰਡਣ ਦਾ ਪਿੰਡ ਵਿੱਚ ਇਦੋਂ ਸਾਰਾ ਟੱਬਰ ਉੱਠ ਕੇ ਬੈਠਾ ਰਾਤ ਨੂੰ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਆ ਆਇਆ ਕਾਰਨ ਇੱਕ ਚੇਤਾ ਰੱਖਿਓ ਜੇ ਸੁਖੀ ਹੋਣਾ ਚਾਹੁੰਦੇ ਆ ਬਾਣੀ ਲਿਖਿਆ ਪਰਕਾ ਬੁਰਾ ਨਾ ਰੱਖੋ ਚੀਤ ਪਰਕਾ ਸਾਰੇ ਬੋਲੋ ਜੀ ਪਰਕਾ ਬੁਰਾ ਚੇਤ ਸ਼ਬਦ ਵਰਤਿਆ ਸੇ ਚੇਤ ਜਿੱਤ ਦੀ ਗੱਲ ਹੋ ਰਹੀ ਉਤੋਂ ਦੀ ਗੱਲ ਹੋ ਰਹੀ ਉਤੋਂ ਤੇ ਕੋਈ ਵੀ ਕਿਸਦਾ ਬੁਰਾ ਨਹੀਂ ਚਾਹੁੰਦਾ ਉਤੋਂ ਤੇ ਆਪਾਂ ਵਧਾਈ ਉਹਨੂੰ ਵੀ ਦੇ ਉਹਨਾਂ ਜਿਹੜਾ ਨਾਮ ਬਣਦੀ ਹੋਵੇ ਅਗਲਾ ਟਰੈਕਟਰ ਲੈ ਕੇ ਆਇਆ ਗੱਡੀ ਲੈ ਕੇ ਆਇਆ ਵਧਾਈ ਦਿਨੇ ਆਪਾਂ ਵਧਾਈ ਹੋਵੇ ਭਰਾ ਨਵਾਂ ਟਰੈਕਟਰ ਲੈ ਆਇਆ ਪਰ ਮਨ 'ਚ ਪਤਾ ਕਹਿੰਦੇ ਪੰਪ ਪਤਾ ਨਹੀਂ ਕਿਦੋਂ ਖੁੱਲਣਾ ਇਹਦਾ ਇਹਨਾਂ ਨੂੰ ਕਿਸ਼ਤਾਂ ਦੇ ਦਿੱਤੀਆਂ ਨੇ ਜਾਣੀਆਂ ਬੈਂਕ ਵਾਲੇ ਪੱਕਾ ਇਹਨਾਂ ਦਾ ਟਰੈਕਟਰ ਲੈ ਜਾਣਗੇ ਅੱਛਾ ਮੰਨ ਲਓ ਜੇ ਟਰੈਕਟਰ ਬੈਂਕ ਵਾਲੇ ਲੈ ਵੀ ਜਾਣਗੇ ਤੈਨੂੰ ਕੀ ਮਿਲੂ ਇਹ ਚੋਂ ਤੈਨੂੰ ਠੰਡ ਪੈ ਜੂ ਤੈਨੂੰ ਸ਼ਾਂਤੀ ਆ ਜੂ ਤੈਨੂੰ ਉਦਾਂ ਕਹੂਗਾ ਮੈਂ ਤੇ ਫਲਾਣੇ ਥਾਤੇ ਮੱਥਾ ਟਿਕਦਾ ਮੈਂ ਤੇ ਹਜੂਰ ਸਾਹਿਬ ਵੀ ਹੋਇਆ ਮੈਂ ਤੇ ਦਰਬਾਰ ਸਾਹਿਬ ਵੀ ਹੋਇਆ ਸਿੱਖਿਆ ਕਿ ਉਹ ਡੱਡੂ ਵਾਲਾ ਕੰਮ ਹੀ ਕੀਤਾ ਫਿਰ ਡੱਡੂ 24 ਘੰਟੇ ਕਮਲ ਫੁੱਲ ਦੇ ਪੈਰਾ ਤੇ ਰਹਿੰਦਾ ਜਾਲਾ ਖਾਈ ਜਾਂਦਾ ਤੇ ਭੌਰਾ ਦੂਰੋਂ ਆਣ ਕੇ ਸੁਗੰਧੀ ਲੈ ਕੇ ਆਉ ਗਿਆ ਤੇ ਆਉ ਗਿਆ ਜਿੰਦਗੀ ਵਿੱਚ ਜੇ ਸੁખી ਹੋਣਾ ਚਾਹੁੰਦੇ ਆ ਪਰਕਾ ਬੁਰਾ ਸਾਰੇ ਪੜੋ ਇੱਕ ਵਾਰ ਪਰਕਾ ਬੁਰਾ ਨਾ ਰੱਖੋ ਜੀ ਜੇ ਸੁખી ਹੋਣਾ ਚਾਹਨਾ ਤੇ ਭਰਾਏ ਦਾ ਬੁਰਾ ਚਿੱਤ ਵਿੱਚ ਨਾ ਰੱਖੋ ਕਦੀ ਅੱਛਾ ਆਪਣੇ ਦਾ ਤਾਂ ਬੁਰਾ ਚਾਹੁੰਦਾ ਹੀ ਕੋਈ ਨਹੀਂ ਚੋਰਾ ਚਾਹੁੰਦੇ ਦੂਜੇ ਦਾ ਆਪਾਂ ਤੇ ਇਹਦਾ ਮਤਲਬ ਹੈ ਜੇ ਭਰਾ ਭਰਾ ਦਾ ਬੁਰਾ ਚਾਹੁੰਦਾ ਨਾ ਭਰਾ ਨੇ ਭਰਾ ਨੂੰ ਆਪਣਾ ਮੰਨੇ ਜ ਨਹੀਂ ਸਾਸ ਜਾਂ ਕੋ ਸਤਨਾ ਜਿਹੜਾ ਭਰਾ ਭਰਾ ਦਾ ਬੁਰਾ ਨਹੀਂ ਚਾਹੁੰਦਾ ਇਹਦਾ ਮਤਲਬ ਭਰਾ ਨੇ ਭਰਾ ਨੂੰ ਆਪਣਾ ਮੰਨ ਲਿਆ ਵਾ ਜੇਕ ਸਗਾ ਭਰਾ ਆਪਣੀ ਭੈਣ ਦਾ ਬੁਰਾ ਨਹੀਂ ਚਾਹੁੰਦਾ ਤਾਂ ਮਤਲਬ ਸਕੇ ਭਰਾ ਨੇ ਭੈਣ ਨੂੰ ਆਪਣਾ ਮੰਨਿਆ ਨਾ ਭਨੇਵਿਆਂ ਨੂੰ ਆਪਣਾ ਮੰਨ ਲਿਆ ਆਪਣੇਵਿਆਂ ਨੂੰ ਆਪਣਾ ਮੰਨ ਲਿਆ ਚਾਚੇ ਨੇ ਭਤੀਜੇ ਭਤੀਜਿਆਂ ਨੂੰ ਆਪਣਾ ਮੰਨ ਲਿਆ ਰਿਸ਼ਤੇਦਾਰ ਨੇ ਜਿਹੜਾ ਬੰਦਾ ਜਿਹਦਾ ਬੁਰਾ ਨਹੀਂ ਚਾਹੁੰਦਾ ਇਹ ਤਾਂ ਮਤਲਬ ਉਹਨੇ ਉਹਨੂੰ ਆਪਣਾ ਮੰਨ ਲਿਆ ਵਾ ਤੇ ਜਿਹੜਾ ਜਿਹਦਾ ਵੀ ਬੁਰਾ ਚਾਹੁੰਦਾ ਨਾ ਭਾਵੇਂ ਸਕਾ ਭਰਾਈ ਆ ਇਹਦਾ ਮਤਲਬ ਆ ਮੂੰਹ ਨਾ ਕਵੇ ਪਰ ਅੰਦਰੋਂ ਉਹਨੇ ਆਪਣਾ ਨਹੀਂ ਮੰਨਿਆ ਉਹਨੂੰ ਕੋਈ ਸ਼ਬਦ ਪਰਕਾ ਬੁਰਾ ਆਇਆ ਨਾ ਪਰਕਾ ਬੁਰਾ ਸਾਰੇ ਪੜੋ ਇੱਕ ਵਾਰ ਪਰਕਾ ਬੁਰਾ ਨਾ ਰੱਖੋ ਚਿਤ ਪਰਾਇ ਦਾ ਬੁਰਾ ਚਿੱਤ ਵਿੱਚ ਨਹੀਂ ਰੱਖਣਾ ਤੇ ਮਹਾਰਾਜ ਇਹਦਾ ਮੈਨੂੰ ਬੇਨਫਿਟ ਕੀ ਹੋਏਗਾ ਕਹਤੇ ਤੁਮ ਕੋ ਦੁੱਖ ਨਹੀਂ ਭਾਈ ਮੀਤ ਫਿਰ ਤੈਨੂੰ ਕੋਈ ਦੁੱਖ ਨਹੀਂ ਹੋਏਗਾ ਤੇਰੀ ਜ਼ਿੰਦਗੀ ਸੁੱਖਾਂ ਨਾਲ ਭਰ ਜਾਏਗੀ ਜੇ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਦੂਜਿਆਂ ਦਾ ਬੁਰਾ ਮੰਗਣਾ ਤੇ ਬੁਰਾ ਕਰਨਾ ਛੱਡ ਦੇਵੇਂਗਾ ਪਰका ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ हे ਮੇਰੇ ਭਰਾ ਹੈ ਮੇਰੇ ਮਿੱਤਰ ਤੇਰਾ ਜੀਵਨ ਸੁੱਖਾਂ ਨਾਲ ਭਰ ਜਾਏਗਾ ਜੇ ਜ਼ਿੰਦਗੀ ਚੋਂ ਬੁਰਾ ਮੰਗਣਾ ਬੁਰਾ ਸੋਚਣਾ ਛੱਡ ਦੇਵੇਂਗਾ ਤੇ ਤੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਉਂਦੇ ਆ ਸਭ ਜਗ ਫਿਰ ਮੈਂ ਦੇਖਿਆ ਸਾਰਾ ਜਗਤ ਮੈਂ ਵੇਖਿਆ ਹਰ ਇੱਕੋ ਦਾਤਾ ਦਾਤਾ ਇੱਕ ਹੀ ਹੈ ਉਪਾਏ ਕਿਤੇ ਨਾ ਪਾਈ ਹੈ ਦੁਬਾਰਾ ਪੜੋ ਜੀ ਉਪਾਏ ਕਿਤੇ ਨਾ ਪਾਈ ਹੈ ਕਿਸੇ ਵੀ ਆਪਣੀ ਚਤਰਾਈ ਉਪਾਏ ਦਾ ਅਰਥਾ ਚਤਰਾਈ ਆਪਣੀ ਚਤਲਾਕੀ ਚਲਾਕੀ ਦੇ ਨਾਲ ਆਪਣੀ ਚਤਰਾਈ ਦੇ ਨਾਲ ਉਪਾਏ ਕਿਤੇ ਨਾ ਪਾਈਏ ਹਰ ਕਰਮ ਬਿਧਾਤਾ ਸਾਡੇ ਕਰਮਾਂ ਦੀ ਵਿਧੀ ਬਣਾਉਣ ਵਾਲਾ ਆ ਚੇਤਾ ਰੱਖੋ ਕਰਮ ਅਸੀਂ ਕਰਦੇ ਆ ਤੇ ਕਰਮਾਂ ਤੇ ਨਤੀਜਾ ਫੈਸਲਾ ਮਾਰਗੀ ਸੁਣਾਉਂਦੇ ਜਿਵੇਂ ਇਗਜ਼ਾਮ ਬੱਚਾ ਦਿੰਦਾ ਵਾ ਰਿਜ਼ਲਟ ਟੀਚਰ ਸੁਣਾਉਂਦੇ ਆ ਰਿਜ਼ਲਟ ਸਟੂਡੈਂਟ ਨਹੀਂ ਸੁਣਾਉਦਾ ਰਿਜ਼ਲਟ ਜਿਹੜਾ ਟੀਚਰ ਸਟੂਡੈਂਟ ਆ ਨਾ ਇਹਨੇ ਸਿਰਫ ਇਗਜ਼ਾਮ ਦੇਣਾ ਵਾ ਇਗਜ਼ਾਮ ਦੇ ਉੱਤੇ ਜਿਹੜਾ ਡਿਸੀਜਨ ਵਾ ਉਹ ਟੀਚਰ ਦਾ ਵਾ ਸਟਾਫ ਦਾ ਵਾ ਜਿਹੜੇ ਪੇਪਰ ਚੈੱਕ ਕਰਦੇ ਉਹਨਾਂ ਦਾ ਵੀ ਕਿੰਨੇ ਪਰਸੈਂਟ ਨੰਬਰ ਲੈਣੇ ਆ ਇਸੇ ਤਰ੍ਹਾਂ ਕਰਮ ਅਸੀਂ ਕਰਨੇ ਆ ਤੇ ਕੀਤੇ ਕਰਮਾਂ ਤੇ ਫੈਸਲਾ ਫਿਰ ਮੇਰੇ ਮਾਲਕ ਨੇ ਕਰਨਾ ਤਾਂ ਸਤਿਗੁਰ ਨੇ ਆਖਿਆ ਸੀ ਨਾ ਦਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾਂ ਆਪਣੇ ਆਪਣੇ ਕਰਮ ਤਾਂ ਕਿਆ ਕਿ ਕਰਮ ਕਰ ਲੱਗਿਆ ਧਿਆਨ ਰੱਖੀ ਮਾੜਾ ਕਰੇਗਾ ਤੇ ਮਾੜਾ ਹੋਏਗਾ ਚੰਗਾ ਕਰੇਗਾ ਤੇ ਚੰਗਾ ਹੋਏਗਾ ਇਸ ਦਾ ਕਰਮ ਚੰਗੇ ਕਰੇ ਤੇ ਆ ਚੰਗੇ ਕਰਮ ਕਰੋ ਬੱਚਿਆਂ ਸਾਹਮਣੇ ਮਾਪੇ ਦੀ ਰਿਸਪੈਕਟ ਕਰੋ ਜੇ ਬਡੇ ਪਾਸੋਖਾ ਚਾਹੁੰਦੇ ਉਹ ਤੇ ਜਿਹੜੇ ਬੰਦੇ ਬੀਬੀਆਂ ਆਪਣੇ ਬਜ਼ੁਰਗਾਂ ਦੀ ਬੇਇੱਜ਼ਤੀ ਕਰਦੇ ਆ ਨਾ ਆਪਣੇ ਬੱਚਿਆਂ ਸਾਹਮਣੇ ਤੇ ਕੰਧ ਤੇ ਲਿਖਿਆ ਪੜ ਲਓ ਹਾਲ ਇਹਨਾਂ ਨੇ ਤੁਹਾਡਿਆਂ ਜਵਾਕਾਂ ਨੇ ਇਹਨਾਂ ਨਾਲ ਵੀ ਮਾੜਾ ਕਰਨਾ ਤੁਹਾਡਾ ਇਹ ਗੱਲ ਚੇਤਾ ਰੱਖਿਓ ਤੇ ਵੇਖਿਓ ਸਮਾਜ ਵਿੱਚ ਇਦਾਂ ਹੋ ਰਿਹਾ ਵਾ ਹੁਣ ਜੇ ਅਗਲੀ ਪੀੜ੍ਹੀ ਹੋ ਤਾਂ ਕਈ ਕੁਆਰੇ ਵੱਖਰੇ ਰਹਿਣ ਲੱਗ ਪਿਆ ਇੱਕ ਤੇ ਬੱਚਾ ਵਿਆਹ ਆ ਪਾਸੇ ਜਾਂਦਾ ਨਾ ਉਹ ਆਂਦਾ ਜੀ ਪਾਸੇ ਕੁੜੇ ਆਂਦਾ ਮੈਂ ਪ੍ਰੈਕਟਿਸ ਕਰਦਾ ਕਿ ਮਾਂ ਬਾਪ ਤੋਂ ਬਿਨਾਂ ਰਹਿ ਸਕਦਾ ਕਿ ਨਹੀਂ ਰਹਿ ਸਕਦਾ ਆਹ ਕੋ ਜਤਨਾਮ ਸ੍ਰੀ ਐਂ ਫੂਕ ਜਿਆ ਕੱਢ ਕੇ ਰੱਖਦੇ ਨਾਂਡਾਲੀ ਉਹ ਉਦੋਂ ਬੰਦੇ ਨੂੰ ਚੇਤਾਵੋ ਤੇਰੇ ਬਦਲੇ ਦੇ ਮੈਂ ਭਰਾਵਾਂ ਦੇ ਲਾਗੇ ਵੀ ਨਾ ਬੈਠਾ ਤੇਰੇ ਬਦਲੇ ਤੇ ਮੈਂ ਆਪਣੀ ਮਾਂ ਨਾਲ ਨਾ ਗੱਲ ਕੀਤੀ ਤੇਰੇ ਬਦਲੇ ਤੇ ਮੈਂ ਛੋਟੇ ਭਰਾਦਿਆਂ ਨਾਲ ਗੱਲਬਾਤ ਨਾ ਕੀਤੀ ਤੇ ਅੱਜ ਤੂੰ ਵੀ ਮੈਨੂੰ ਘਰੋਂ ਕੱਢਤਾ ਤੇ ਯਾਦ ਰੱਖਿਓ ਹੁਣ ਐਦਾਂ ਹੀ ਮੈਂ ਗੁਰੂ ਦੀ ਹਜ਼ੂਰੀ 'ਚ ਕਹਿਣਾ ਇਹ ਬਜ਼ੁਰਗਾਂ ਦੇ ਅੰਦਰੋਂ ਨਿਕਲੀ ਹੋਈ ਅਸੀਸ ਇਹਦੇ ਵਰਗੀ ਅਸੀਸ ਤੁਹਾਨੂੰ ਕੋ ਵੱਡੇ ਤੋਂ ਵੱਡਾ ਬ੍ਰਹਮ ਗਿਆਨੀ ਨਹੀਂ ਦੇ ਸਕਦਾ ਜਦੋਂ ਬਜ਼ੁਰਗਾਂ ਦੇ ਅੰਦਰੋਂ ਹਾਏ ਨਿਕਲਦੀ ਹੈ ਨਾ ਬਈ ਹਾਏ ਇਦਾਂ ਨਹੀਂ ਸੀ ਚਾਹਦਾ ਵੇ ਮੈਂ ਤਾਂ ਤਤਿਆ ਗਿੱਲਿਆਂ ਥਾਵਾਂ ਤੇ ਪੈ ਪੈ ਕੇ ਤੈਨੂੰ ਪਾਲਦੀ ਰਹੀ ਤੇਰੇ ਤੋਂ ਮੈਨੂੰ ਉਮੀਦ ਨਹੀਂ ਸੀ ਤੋ ਇਸ ਕਰਕੇ ਆਪਣੀ ਜ਼ਿੰਦਗੀ 'ਚ ਇਹ ਚੀਜ਼ਾਂ ਰੱਖੋ ਇਹ ਸਮਾਂ ਬਾਰ-ਬਾਰ ਨਹੀਂ ਮਿਲਦਾ ਉਹ ਪਾਏ ਕਿਤੇ ਨਾ ਪਾਈਏ ਹਰ ਕਰਮ ਬਿਧਾਤਾ ਗੁਰ ਸ਼ਬਦ ਦੀ ਹਰ ਮਨ ਵਸੈ ਗੁਰੂ ਦੇ ਸ਼ਬਦ ਦੁਆਰਾ ਹੀ ਹਰੀ ਮਨ ਵਿੱਚ ਵਸਦਾ ਹੈ ਹਰ ਸਹਿਜੇ ਜਾਂਦਾ ਅੰਦਰੋਂ ਮਾਰੇ ਕਹਿੰਦੇ ਅੰਦਰੋਂ ਤ੍ਰਿਸ਼ਨਾ ਅਗਨ ਬੁਝੀ ਅੰਦਰੋਂ ਐਡੀ ਅੱਗ ਲੱਗੀ ਸੀ ਤ੍ਰਿਸ਼ਨਾ ਦੀ ਉਹ ਬੁਝ ਗਈ ਕਦੋਂ ਹਰ ਅਮਰਤ ਸਰਨਾਤਾ ਜਦੋਂ ਬੰਦਾ ਅਮਰ ਦੇ ਵੇਖੋ ਇਹ ਸ਼ਲੋਕ ਇਹ ਪੌੜੀਆ ਗੁਰੂ ਅਮਰਦਾਸ ਮਹਾਰਾਜ ਜੀ ਦੀ ਤੇ ਗੁਰੂ ਅਮਰਦਾਸ ਵੇਲੇ ਤੇ ਅਜੇ ਅਮਰਸਰ ਸ਼ਹਿਰ ਵਸਿਆ ਵੀ ਨਹੀਂ ਸੀ ਅਮਰਸਰ ਸ਼ਹਿਰ ਵਸਿਆ ਵਾ 1570 ਈਸਵੀ ਦੇ ਵਿੱਚ ਅਮਰਸਰ ਸ਼ਹਿਰ ਦਾ ਨੀ ਪੱਥਰ ਰੱਖਿਆ ਤੇ ਉਦੋਂ ਗੁਰੂ ਗੁਰੂ ਅਮਰਦਾਸ ਪਾਸ਼ਾ ਜੀ ਸਰ ਤੇ ਅਮਰਸਰ ਸ਼ਹਿਰ ਮੁਕੰਮਲ ਹੋਇਆ ਗੁਰੂ ਪੰਜਵੇਂ ਪਾਸ਼ਾ ਵੇਲੇ ਇਹ ਜਿਹੜਾ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਚ ਅਮਰਸਰ ਸ਼ਬਦ ਆਇਆ ਇਹਨੂੰ ਸਮਝਿਓ ਸਰਦਾਰ ਤੇ ਸਰੋਵਰ ਅਮਰਤ ਦਾ ਸਰੋਵਰ ਬਾਣੀ ਹੁਣ ਮੰਨ ਲਓ ਇੱਕ ਬੰਦਾ ਬਾਹਰਲੀ ਕੰਟਰੀ ਚ ਬੈਠਾ ਉਹ ਇੰਡੀਆ ਆ ਹੀ ਨਹੀਂ ਸਕਦਾ ਇਹਦਾ ਮਤਲਬ ਇਹ ਆ ਉਹ ਦਰਬਾਰ ਸਾਹਿਬ ਦੇ ਸਰੋਵਰ ਤੋਂ ਤੇ ਚਲੋ ਪਾਸੇ ਰਹਿ ਗਿਆ ਵੀ ਨਹੀਂ ਪਹੁੰਚ ਸਕਿਆ ਪਰ ਗੁਰਬਾਣੀ ਦੇ ਸਰੋਵਰ ਚ ਬਾਹਰ ਬੈਠਾ ਵੀ ਇਸ਼ਨਾਨ ਕਰ ਸਕਦਾ ਕੋ ਸਤਨਾਮ ਸ੍ਰੀ ਮਲੋਂ ਤੁਸੀਂ ਇੱਥੇ ਬੈਠੇ ਜਿਆਲਪੁਰ ਪਿੰਡ ਰੋਹੀ ਤੁਸੀਂ ਅਮਰਸਰ ਇਸ਼ਨਾਨ ਕਰਨ ਜਾ ਸਕਦੇ ਹੋ ਜੀ ਕਿਰਤੀ ਬੰਦਾ ਜਾ ਸਕਦਾ ਰੋਜ ਪਲਾ ਨਹੀਂ ਜਾ ਪਰ ਬਾਣੀ ਦੇ ਅਮਰ ਸਰੋਵਰ ਚ ਰੋਜ ਇਸ਼ਨਾਨ ਕਰ ਸਕਦਾ ਉਹ ਰੋਜ ਸਿਰੇ ਉੱਤੇ ਅਮਰਤ ਵੇਲੇ ਪਹਿਲਾਂ ਆਪਣੇ ਸਰੀਰ ਦਾ ਇਸ਼ਨਾਨ ਕਰੇ ਫਿਰ ਆਪਣੇ ਸਤਿਗੁਰ ਦੀ ਬਾਣੀ ਵਿੱਚ ਮੰਨ ਕਰਕੇ ਚਭੀਆਂ ਲਾਵੇ ਤੇ ਇਸ ਕਰਕੇ ਆਓ ਇਸ ਅਮਰ ਦੇ ਸਰੋਵਰ ਚ ਇਸ਼ਨਾਨ ਕਰੀਏ ਅੰਦਰੋਂ ਤ੍ਰਿਸ਼ਨਾ ਅਗਨ 부ਜੀ ਹਰ ਅਮਰਤ ਸਰਨਾਤਾ ਵੱਡੀ ਵਡਿਆਈ ਵੱਡੇ ਕੀ ਵਢਾਈ ਵੱਡੇ ਦੀ ਬਹੁਤ ਵੱਡੀ ਹੈ ਗੁਰਮੁਖ ਬੋਲਾਤਾ ਗੁਰੂ ਦੇ ਰਾਹੀ ਜੀਵ ਦੇ ਕੋਲੋਂ ਉਹ ਮਾਲਕ ਆਪ ਆਪਣੀ ਵਹਿਮਾ ਉਸਤਤ ਵਢਾਈ ਕਰਾਉਂਦਾ ਹੈ ਤੇ ਵਢਾਈ ਕਰਾਉਣ ਦਾ ਅਰਥ ਵੀ ਰੱਬ ਨੂੰ ਕੋਈ ਲਾਲਚ ਨਹੀਂ ਵਢਾਈ ਵੀ ਮਨੋਖਾ ਆਪਣੇ ਵਾਸਤੇ ਕਰਦਾ ਹੈ ਕਿਉਂਕਿ ਇਤੇ ਕੂਕਰ ਹਾਂ ਬੇਗਾਨਾ ਭੌਂਕਾਂ ਇਸ ਤੰਦ ਤਾਈ ਭਗਤ ਹੀ ਨਾਨਕ ਜੇ ਹੋਏਗਾ ਤਾਂ ਖਸਮੇ ਨਾਉ ਨਾ ਜਾਈ ਇਥੇ ਪੰਜ ਵਕਾਰ ਜਿਹੜੇ ਬੰਦੇ ਨੂੰ ਪੜਨੂ ਫਿਰਦੇ ਆ ਇਹਨਾਂ ਪੰਹਾਂ ਤੋਂ ਬਚਾਉਣ ਲਈ ਮਨੋਕ ਥੋੜੀ ਬਹੁਤੀ ਮਾਰਕ ਦੀ ਵਡਿਆਈ ਕਰਦਾ ਵੀ ਇਹਨਾਂ ਪੰਹਾਂ ਤੋਂ ਆਪਣੇ ਆਪ ਨੂੰ ਬਚਾ ਸਕਾਂ ਸਾਸਨ ਜੀ ਆਓ ਆਪਣੀ ਜ਼ਿੰਦਗੀ ਵਿੱਚ ਉਸ ਦਾਤੇ ਦੇ ਨਾਲ ਅੰਦਰੋਂ ਜੁੜੀਏ ਜਿਹੜਾ ਦਾਤਾ ਪੂਰੀ ਮਾਨਵਤਾ ਦਾ ਹੈ ਸਭ ਜੱਗ ਫਿਰਮੇ ਦੇਖਿਆ ਹਰ ਇੱਕ ਉਹ ਦਾਤਾ ਸਰਦਾਰ ਪਾਲ ਸਿੰਘ ਜੀ ਉਹਨਾਂ ਦੇ ਬੇਟੇ ਉਹਨਾਂ ਦੇ ਸਮੁੱਚੇ ਪਰਿਵਾਰ ਨੇ ਉਹਨਾਂ ਦੇ ਸਮੁੱਚੇ ਕੁਟੰਬ ਨੇ ਅਕਾਲ ਪੁਰਖ ਵੈਗਰੂ ਦਾ ਓਟ ਆਸਰਾ ਲੈਂਦਿਆਂ ਹੋਇਆਂ ਆਪਣੇ ਗ੍ਰਹਿ ਵਿਖੇ ਇਹ ਗੁਰਮਤ ਸਮਾਗਮ ਉਲੀਕਿਆ ਹੈ ਸਿੱਖ ਨੂੰ ਤਾਂ ਹਰ ਵਕਤ ਹੀ ਸ਼ੁਕਰਾਨਾ ਕਰਨਾ ਚਾਹੀਦਾ ਹੈ ਦੁੱਖ ਆਵੇ ਸੁੱਖ ਆਵੇ ਖੁਸ਼ੀ ਆਵੇ ਗਮੀ ਆਵੇ ਦਾਤਾ ਤੇ ਤੇਰੀ ਵਡਿਆਈ ਹੈ ਕਿਤੇ ਆਂ ਦੂਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾ ਦਾਤਾ ਅਸੀਂ ਪ੍ਰਸ਼ਾਦਾ ਛਕਦੇ ਅਸੀਂ ਉਹਨੂੰ ਤਾਂ ਦਾਤ ਕਹਿਣਾ ਹੀ ਕਹਿਣਾ ਕਿਤੇ ਤੈਨੂੰ ਹੱਥ ਤੇ ਰੱਖ ਕੇ ਪ੍ਰਸ਼ਾਦਾ ਛਕਣ ਨੂੰ ਮਿਲ ਜਾਏ ਕਿਦਣ ਨਾਂ ਵੀ ਮਿਲੇ ਕਵੇਂ ਦਾਤਾ ਵੀ ਤੇਰੀ ਦਾਤ ਹੀ ਆ ਕਿਵੇਂ ਭਲਾ ਵੀ ਮੈਂ ਤੇ ਅੱਜ ਨਹੀਂ ਖਾਦਾ ਤੇ ਮੇਰੀ ਇਹ ਹਾਲ ਤੱਕ ਕਿੰਨੇ ਲੋਕ ਹੋਣਗੇ ਜਿਨ ਨੂੰ ਟਾਈਮ ਨਾਲ ਭੋਜਨ ਪ੍ਰਸ਼ਾਦਾ ਮਿਲਦਾ ਹੀ ਨਹੀਂ ਹੋਏਗਾ ਅਸੀਂ ਕਿਸੇ ਆਉਣ ਨੂੰ ਹੀ ਦਾਤ ਨਹੀਂ ਕਹਿਣਾ ਜਿੰਦਗੀ 'ਚ ਕੋਈ ਦੁੱਖ ਤਕਲੀਫ ਆਵੇ ਕਾਹ ਵੀ ਕਹਿਣਾ ਦਾਤਾ ਇਹ ਵੀ ਤੇਰੀ ਦਾਤ ਹੈ ਹੋ ਸਕਦਾ ਇਸ ਘਟਨਾ ਨਾਲ ਸਾਨੂੰ ਜ਼ਿੰਦਗੀ ਜੂਣ ਦਾ ਤਰੀਕਾ ਆ ਜਾਏ ਆਓ ਗੁਰੂ ਬਖਸ਼ਿਸ਼ ਕਰੇ ਆਪ ਸਮੁੱਚੇ ਪਰਿਵਾਰ ਨੇ ਰਿਸ਼ਤੇਦਾਰ ਸਾਖ ਸਬੰਧੀ ਨਗਰ ਪੰਚਾਇਤ ਇਲਾਕਾ ਨਿਵਾਸੀ ਬੜੇ ਪਿਆਰ ਨਾਲ ਤੁਸੀਂ ਜੁੜ ਕੇ ਬੈਠੇ ਹੋ ਸਤਿਗੁਰੂ ਦੀ ਗੋਦ ਵਿੱਚ ਇਥੋਂ ਦੇ ਸਮੁੱਚੇ ਜਿੰਨੇ ਵੀ ਗ੍ਰੰਥੀ ਸਹਿਬਾਨ ਰਾਗੀ ਸਹਿਬਾਨ ਜਿੰਨੇ ਵੀ ਤੁਸੀਂ ਪੈਣਪਰਾ ਦੂਰ ਬੈਠੇ ਹੋ ਲਾਈਵ ਕਰਨ ਵਾਲੇ ਵੀਰ ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਵੀ ਇਹਨਾਂ ਪ੍ਰੋਗਰਾਮ ਦੇ ਵਿੱਚ ਤਨ ਕਰਕੇ ਮਨ ਕਰਕੇ ਪਰਿਵਾਰ ਦਾ ਸਾਥ ਦਿੱਤਾ ਹੈ ਕਿਉਂਕਿ ਜਦੋਂ ਆਪਾਂ ਇਦਾਂ ਦੇ ਸਮਾਗ ਨੂੰ ਡਿਕਦੇ ਸਾਡਾ ਸਾਥ ਇਹੀ ਹੁੰਦਾ ਵਾ ਕਿ ਆਪਾਂ ਬਹਿ ਕੇ ਇਕਾਗਰਤਾ ਦੇ ਨਾਲ ਸੁਣ ਲਈਏ ਤੇ ਇਹਨਾਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਜਿਨ੍ਹਾਂ ਨੇ ਅੱਜ ਤੱਕ ਖੰਡੇ ਬਾਟੇ ਦੀ ਪੌਲ ਨਹੀਂ ਲਈ ਗੁਰੂ ਦੇ ਪੁੱਤਰ ਬਣ ਕੇ ਗੁਰੂ ਦੀਆਂ ਧੀਆ ਬਣ ਕੇ ਨਸ਼ਿਆਂ ਤੋਂ ਆਪਣੇ ਆਪ ਨੂੰ ਬਚਾ ਕੇ ਚੰਗਾ ਜੀਵਨ ਨੂੰ ਗੁਰੂ ਦੀ ਸਿੱਖਿਆ ਮੁਤਾਬਕ ਬਤੀਤ ਕਰੀਏ ਆਪਣੇ ਪਰਿਵਾਰਾਂ ਚ ਵਧੀਆ ਤਰੀਕਾ ਨਾਲ ਰਹਿ ਸਕੀਏ ਤੇ ਮੈਂ ਬੇਨਤੀ ਕਰਦਾ ਹੁੰਨਾ ਹਮੇਸ਼ਾ ਹੀ ਬੱਚਿਆਂ ਨੂੰ ਖਾਸ ਕਰਕੇ ਕਿ ਆਪਣੇ ਬਜ਼ੁਰਗਾਂ ਦੀ ਰਿਸਪੈਕਟ ਕਰੋ ਇੱਜ਼ਤ ਕਰੋ ਤੇ ਬਜ਼ੁਰਗਾਂ ਨੂੰ ਇਹ ਬੇਨਤੀ ਕਰਦਾ ਹੁੰਨਾ ਕਿ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਦਿਓ ਤੁਸੀਂ ਵਿਤਕਰੇ ਨਾ ਕਰੋ ਬੱਚਿਆਂ ਦੇ ਨਾਲ ਇਹ ਵੀ ਇੱਕ ਸਮੱਸਿਆ ਬੜੀ ਵੱਡੀ ਹੈ ਕਈ ਵਾਰੀ ਬਜ਼ੁਰਗਾਂ ਵੱਲੋਂ ਵੀ ਬੱਚਿਆਂ ਦੇ ਨਾਲ ਵਿਤਕਰੇ ਕੀਤੇ ਜਾਂਦੇ ਆ ਇੱਕ ਨੂੰ ਚੰਗਾ ਕਹੀ ਜਾਣਾ ਦੂਜੇ ਨੂੰ ਮਾੜਾ ਕਹੀ ਜਾਣਾ ਉਹ ਫਿਰ ਕਈ ਵਾਰੀ ਆਪਣਾ ਬੀਜਾ ਅਸੀਂ ਆਪ ਹੀ ਖਾਣੇ ਆ ਇਹ ਕੰਮ ਨਾ ਕਰੀਏ ਸਾਰਿਆਂ ਨੂੰ ਇੱਕੋ ਜਿਹਾ ਮਾਹੌਲ ਦਿਈਏ ਤਾਂ ਕਿ ਜੀਵਨ ਖੂਬ ਸੂਰਤ ਬਣ ਸਕੇ ਸਾਰਿਆਂ ਦਾ ਧੰਨਵਾਦ ਵਿਚਾਰਾਂ ਕਰਦਿਆਂ ਜੋ ਸ਼ਬਦ ਚੰਗੇ ਲੱਗੇ ਮੇਰੇ ਨਹੀਂ ਸਤਿਗੁਰ ਦੇ ਜਾਣ ਕੇ ਹਿਰਦੇ 'ਚ ਵਸਾਉਣਾ ਵਿਚਾਰ ਕਰਦਿਆਂ ਪੁੱਲ ਚੁੱਕ ਸ਼ਬਦ ਵੱਧ ਘਟ ਅੱਗੇ ਪਿੱਛੇ ਹੋਣਾ ਇਹ ਹੋ ਸਕਦਾ ਹੈ ਇਹ ਗਲਤੀਆਂ ਮੇਰੀਆਂ ਨੇ ਪਰ ਚੰਗੀਆਂ ਸਿੱਖਿਆ ਨੂੰ ਗੁਰੂ ਦੀ ਸਮਝ ਕੇ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਿਓ ਸਾਧ ਸੰਗਤ ਜੀ ਪੁੱਲਾਂ ਚੁੱਕਾਂ ਦੀ ਖਿਮਾ ਬੁਲੰਦ ਆਵਾਜ਼ ਵਿੱਚ ਫਤੇ ਬਲਾਓ ਗੱਜ ਕੇ ਆਖੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਰਲ ਕੇ ਅਨੰਦ ਸਾਹਿਬ ਦੀਆਂ ਛੇ ਪੌੜੀਆਂ ਦਾ ਪਾਠ ਕਰੀਏ ਫਿਰ ਅਰਦਾਸ ਹੋਏਗੀ ਮੁਖਵਕ ਹੋਏਗਾ ਉਸ ਤੋਂ ਬਾਅਦ ਕੜਾ ਪ੍ਰਸ਼ਾਦੀ ਦੇਗ ਵਰਤੇਗੀ ਬਾਕੀ ਜੋ ਸੰਗਤ ਵਾਸਤੇ ਪਰਿਵਾਰ ਨੇ ਪ੍ਰਸ਼ਾਦ ਪਾਣੀ ਲੰਗਰ ਪਾਣੀ ਤਿਆਰ ਕੀਤਾ ਹੈ ਉਹ ਆਪ ਜੀ ਨੇ ਇਦਾਂ ਹੀ ਟਿਕਾ ਬਣਾ ਕੇ ਛਕਣਾ ਆਓ ਰਲ ਕੇ ਸਾਰੀ ਸੰਗਤ ਹਾਜ਼ਰੀ ਲਵਾਓ ਜੀ RAM KALI